ਸਤ ਵਲਡ ਰਿਕਾਰਡ ਤੁਹਾਡੇ ਨਾ ਹਾਂਜੀ ਗੱਡੀ ਜਿੰਨਾ ਚਿਰ ਚੱਲਦੀ ਹੈ ਮੈਂ ਚਲਾਉਂਗਾ ਆਪਣੀ ਸਰ ਆਪਣੀ ਮਿਹਨਤ ਕਰਦਾ ਰਹੂੰਗਾ ਪਰ ਜਦੋਂ ਇਹ ਰੁਕੇਗੀ ਉਦੋਂ ਸਰ ਇੱਕ ਲਾਈਨਾਂ ਲੱਗਣੀਆਂ ਚਾਹੀਦੀਆਂ ਦੇਖਣ ਹਾਂ ਪਰ ਅੱਜ ਸਰ ਜੇ ਆਪਾਂ ਗੱਲ ਕਰੀਏ ਨਾ ਸਾਡੇ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਕੰਪੀਟੀਸ਼ਨ ਆਪਣੇ ਨਾਲ ਆਪਣੇ ਭਰਾਵਾਂ ਦੇ ਨਾਲ ਰੌਲਾ ਹੀ ਇੱਥੇ ਆਇਆ ਹੈ ਆਪਣੇ ਮਾਮੇ ਦੇ ਮੁੰਡੇ ਨਾਲ ਆ ਆਪਣੇ ਭੂਆ ਦੇ ਮੁੰਡੇ ਨਾਲ ਆ ਹਾਂਜੀ ਉਹ ਬਾਹਰ ਚਲ ਗਿਆ ਤੂੰ ਇੱਥੇ ਹੀ ਆ ਲੈ ਉਹ ਵੀ ਨੈਗੇਟਿਵ ਹਾਂ ਉਹ ਨੈਗੇਟਿਵ ਨੈਗੇਟਿਵ ਕੰਪੀਟੀਸ਼ਨ ਨੈਗੇਟਿਵ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਯਾਰ ਚਲ ਕੋਈ ਗੱਲ ਨਹੀਂ ਠੀਕ ਹੈ ਪਤਾ ਲੱਗਿਆ ਕਿ ਲਾਈਫ ਇੰਨੀ ਸੌਖੀ ਨਹੀਂ ਹੈ ਸੌਖੀ ਨਹੀਂ ਤਾਂ ਕਹਿੰਦੇ ਨਾ ਕਿ ਅੜੀਕਾਂ ਰੀਝਾਂ ਖਾ ਜਾਂਦੀਆਂ ਜੀ ਬਹੁਤੇ ਵੱਡੇ ਦੁੱਖਾਂ ਨੂੰ ਚੀਕਾਂ ਖਾ ਜਾਂਦੀਆਂ ਬਿਲਕੁਲ ਸਰ ਤੁਹਾਨੂੰ ਮਿਲ ਕੇ ਨਾ ਪੰਜਾਬੀ ਹੋਣ ਤੇ પાસੇ ਬੈਠਣ ਨੂੰ ਮਾਣ ਮਹਿਸੂਸ ਹੋਣ ਲੱਗਿਆ ਹੈ। ਥੈਂਕ ਯੂ ਸਰ। ਹੂੰ। ਪਰ ਮੈਂ ਕਹਿਣਾ ਚਾਹਾਂਗਾ ਸਰ ਇੱਥੇ ਕਿ ਮੈਨੂੰ ਨਾ ਜੋ ਮੈਂ ਡਿਸਰਵ ਕਰਦਾ ਸੀ ਹੂੰ ਉਸ ਲੈਵਲ ਦਾ ਸਰ ਉਹ ਨਹੀਂ ਮਿਲ ਪਾਇਆ ਮੈਨੂੰ ਕੱਲੇ। ਆਪਾਂ ਚੱਲਦੇ ਆਂ। ਉੱਥੇ ਵੀ ਚੱਲਦੇ ਆਂ। ਕੱਲੇ-ਕੱਲੇ ਨੂੰ ਦੇੜਾਂਗੇ। ਮੈਂ ਪੰਜਾਬ ਦਾ ਜੰਪਲ ਹੂੰ। ਇਸ ਗੱਲ ਤੇ ਮੈਂ ਮਾਣ ਮਹਿਸੂਸ ਕਰਦਾ। ਹੂੰ। ਪਰ ਪੰਜਾਬ ਨੂੰ ਕੀ ਮਾਣ ਮਹਿਸੂਸ ਹੁੰਦਾ ਮੇਰੇ ਤੇ? ਆਹ ਪੰਜਾਬ ਦੇ ਉਹਨਾਂ ਲੀਡਰਾਂ ਨੂੰ ਮਾਣ ਮਹਿਸੂਸ ਹੁੰਦਾ ਮੇਰੇ ਤੇ ਹੂੰ ਬਿਲਕੁਲ ਉਹ ਨਿਊਜ਼ ਚੈਨਲਸ ਨੂੰ ਮਾਣ ਮਹਿਸੂਸ ਹੁੰਦਾ ਮੇਰੇ ਤੇ ਹੂੰ ਆਪਾਂ ਕਹਦੇ ਨੇ ਆ ਕਿ ਫਲਾਣੇ ਘਰ ਨਸ਼ੇ ਦੇ ਕਰਕੇ ਉਹ ਮੁੰਡੇ ਦੀ ਓਵਰਡੋਜ਼ ਕਰਕੇ ਮੌਤ ਹੋ ਗਈ ਹੈ ਮੈਂ ਸੱਤਰ ਕੋਡ ਬਣਾਏ ਆ ਹੂੰ ਕਿਸੇ ਨੇ ਉਹ ਹੈਡਲਾਈਨ ਨਹੀਂ ਚਲਾਈ ਹਲੇ ਤੱਕ ਸਰ ਪੁਸ਼ਪ ਮੈਨੋ ਪੰਜਾਬ ਦਾ ਕਿਤਾਬ ਮਿਲਿਆ ਗੂਗਲ ਦੇ ਉੱਤੇ ਮੈਨੂੰ ਹੋਵੇਗਾ ਤਾਂ ਦੁਨੀਆ ਖੁਦ ਸलाम ਕਰੇਗੀ ਅਡੀਆਂ ਚੁੱਕਣ ਨਾਲ ਕਰਤਾਰ ਉੱਚੇ ਨਹੀਂ ਹੁੰਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੌਡਕਾਸਟ ਅਣਗੌਲੇ ਅੱਜ ਤੁਹਾਡੀ ਮੁਲਾਕਾਤ ਕਰਉਣ ਜਾ ਰਹੇ ਆ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਦੁੱਖ ਸੁੱਖ ਸਾਂਝੇ ਕਰਾਂਗੇ ਕੁਮਰ ਅਮਰਤਵੀਰ ਸਿੰਘ ਨਾਲ ਵੱਡਾ ਨਾਮ ਹੈ ਸ਼ਾਇਦ ਉਹ ਕੋਈ ਗਾਇਕ ਨਹੀਂ ਸ਼ਾਇਦ ਉਹ ਕੋਈ ਐਕਟਰ ਨਹੀਂ ਤੁਹਾਡੇ ਲਈ ਉਹ ਅਣਗੌਲੇਆ ਰਹਿ ਗਿਆ ਹੋਊਗਾ ਪਰ ਅੱਜ ਗੋਲਣ ਜੋਗ ਸੂਚੀ ਵਿੱਚ ਸ਼ਾਮਲ ਕਰਾਂਗੇ ਸਭ ਤੋਂ ਪਹਿਲਾਂ ਬਾਈ ਤੁਹਾਡਾ ਬਹੁਤ-ਬਹੁਤ ਸਵਾਗਤ ਸਸੀ ਗੱਲ ਜੀ ਸਾਡੇ ਸਾਰੇ ਪਿਆਰੇ ਦਰਸ਼ਕਾਂ ਨੂੰ ਤੇ ਮੈਂ ਸਰ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇੰਟਰਵਿਊ ਦਾ ਮੌਕਾ ਦਿੱਤਾ ਮੈਨੂੰ ਭਰਾਵਾਂ ਵਾਲੇ ਹਿਸਾਬ ਤੇ ਚੱਲੂਗੀ ਗੱਲਬਾਤ ਸਾਰਾ ਵਾਲੇ ਹਿਸਾਬ ਤੇ ਨਹੀਂ ਚੱਲੂਗੀ ਖੁੱਲ ਕੇ ਮੇਰਾ ਤੁਸੀਂ ਛੋਟੇ ਭਰਾ ਹੋ ਤੇ ਅੱਜ ਆਪਾਂ ਗੱਲਾਂ ਬਾਤਾਂ ਕਰਨੀਆਂ ਹਨ ਹਾਂਜੀ 21 ਸਾਲ ਉਮਰ ਜੀ ਸੱਤ 월ਡ ਰਿਕਾਰਡ ਤੁਹਾਡੇ ਨਾਂ ਹਾਂਜੀ ਇੱਕ ਸੂਚੀ ਸਾਂਝੀ ਕਰਦਗੇ ਅਸੀਂ ਗੋਲਣ ਜੋਗ ਬਣ ਜਗੇ ਆ ਮੈਂ ਪਹਿਲਾ ਰਿਕਾਰਡ ਆਪਣਾ 17 ਸਾਲ ਦੀ ਉਮਰ ਚ ਸ਼ੁਰੂ ਕੀਤਾ ਸੀ ਜੀ ਤੇ ਆਪਣੇ ਜਰਨੇ ਦੀ ਸ਼ੁਰੂਆਤ ਵੀ ਉਦੋਂ ਕੀਤੀ ਹੈ ਹੂੰ 2019 ਦੇ ਵਿੱਚ ਜਦੋਂ ਆਪਣੀ ਪਲੱਸ 2 ਕੰਪਲੀਟ ਕੀਤੀ ਹੈ ਹੂੰ ਤੇ ਇੱਥੇ ਵੀ ਦੱਸਣਯੋਗ ਹੈ ਕਿ ਮੈਂ ਪਲੱਸ 2 ਦੇ ਫਾਈਨਲ ਐਗਜ਼ਾਮਸ ਦੇ ਵਿੱਚ ਮੈਥਸ ਐਗਜ਼ਾਮ ਚ ਫੇਲ ਹੋ ਗਿਆ ਸੀ ਹੂੰ ਉਹ ਸੋਸਾਇਟੀ ਦੀ ਉਹੀ ਗੱਲ ਕਿ ਹੁਣ ਕੀ ਕਰੇਗਾ ਅੱਗੇ ਹਾਂ ਫੈਮਿਲੀ ਨੂੰ ਪ੍ਰੈਸ਼ਰ ਸੀ ਫੈਮਿਲੀ ਨੂੰ ਡਰ ਸੀ ਕਿ ਸਾਡਾ ਬੇਟਾ ਕੀ ਕਰੇਗਾ ਕਿਉਂਕਿ ਹਰ ਇੱਕ ਪਰਿਵਾਰ ਨੂੰ ਫਿਕਰ ਹੁੰਦੀ ਹੈ ਉਹਨਾਂ ਦੀ ਔਲਾਦ ਦੀ ਉਹ ਸੋਚਦੇ ਆ ਕਿ ਸਾਡਾ ਬੇਟਾ ਜਾਂ ਸਾਡੀ ਬੇਟੀ ਅੱਗੇ ਫਿਊਚਰ ਚ ਕੀ ਕਰੇਗਾ ਹਾਂ ਕਿਉਂਕਿ ਪਲੱਸ 2 ਦਾ ਰਿਜ਼ਲਟ ਬੜਾ ਮੈਟਰ ਕਰਦਾ ਹੈ ਸਾਡੇ ਫਿਊਚਰ ਨੂੰ ਲੈ ਕੇ ਅੱਗੇ ਜੀ ਤੇ ਜਦੋਂ ਰਿਜ਼ਲਟ ਇੰਨਾ ਖਰਾਬ ਹੋਏ ਤਾਂ ਫਿਰ ਟੈਨਸ਼ਨ ਤਾਂ ਹੁੰਦੀ ਹੈ ਬਿਲਕੁਲ ਉਸ ਤੋਂ ਬਾਅਦ ਮੈਨੂੰ ਇਹ ਕਿ ਯਾਰ ਮੈਂ ਘਰੇ ਹੀ ਰਹਿ ਰਿਹਾ ਹਾਂ ਕਿਉਂਕਿ ਮੈਂ ਬਾਹਰ ਕਿਸੇ ਨੂੰ ਫੇਸ ਨਹੀਂ ਸੀ ਕਰ ਸਕਦਾ ਮੇਰੇ ਜੇ ਨਹੀਂ ਹਿੰਮਤ ਨਹੀਂ ਸੀ ਮੈਂ ਕਿਸੇ ਨੂੰ ਫੇਸ ਟੂ ਫੇਸ ਫੇਸ ਕਰ ਸਕਾਂ ਸਪੈਸ਼ਲੀ ਆਪਣੀ ਫੈਮਲੀ ਨੂੰ ਜੀ ਤੇ ਕਰੇ ਰਹਿ ਗਈ ਮੈਂ ਪੁਸ਼-ਅਪ ਲਾਉਣੀ ਸ਼ੁਰੂ ਕਰਦੇ ਉਹ ਗੁੱਸਾ ਸੀ ਜੋ ਮਨ ਦੇ ਵਿੱਚ ਜੋ ਟੈਨਸ਼ਨ ਸੀ ਉਹ ਸਾਰੀ ਮੈਂ ਇਹਦੇ ਉੱਤੇ ਕੱਢਦੀ ਫੇਲ ਹੋਣ ਦਾ ਦਰਦ ਫਿਰ ਇੱਧਰ ਵੰਡਦਾ ਜੀ ਬਿਲਕੁਲ ਤੇ ਉਸ ਤੋਂ ਬਾਅਦ ਸਰ ਮੈਂ ਵਰਲਡ ਰਿਕਾਰਡ ਦੀ ਵੀਡੀਓ ਦੇਖੀ YouTube ਦੇ ਉੱਤੇ ਹਮ ਪਰ ਕਿਤੇ ਨਾ ਕਿਤੇ ਉਹ ਸਟਾਰਟਿੰਗ ਦੇ ਵਿੱਚ ਸਾਨੂੰ ਡਰ ਹੁੰਦਾ ਔਖਾ ਲੱਗਦਾ ਕੋਈ ਵੀ ਕੰਮ ਉਹ ਕਹਿੰਦੇ ਆ ਸਟਾਰਟਿੰਗ ਇਜ਼ ਆਲਵੇਸ ਡਿਫਿਕਲਟ ਬਿਲਕੁਲ ਤੇ ਸ਼ੁਰੂਆਤ ਔਖੀ ਸੀ ਕਿ ਯਾਰ ਵਰਲਡ ਰਿਕਾਰਡ ਬਣਾਉਣਾ ਕਿਦਾਂ ਹਮ ਦੇਖਤਾ ਲਈ ਇਹ ਵੀਡੀਓ ਇਨੂੰ ਅਪਲਾਈ ਕਿਦਾਂ ਕਰਨਾ ਵਾ ਇਹਨੂੰ ਅਟੈਂਪਟ ਕਿਦਾਂ ਕਰਨਾ ਵਾ ਵੀਡੀਓ ਸ਼ੂਟ ਕਿਦਾਂ ਕਰਨੀਆਂ ਨੇ ਕਿਵੇਂ ਸਾਡਾ ਇਹ ਰਿਕਾਰਡ ਅਕਸੈਪਟ ਹੋਏਗਾ ਕੁਝ ਨਹੀਂ ਸੀ ਪਤਾ ਪਰ ਸਟਾਰਟਿੰਗ ਦੇ ਵਿੱਚ ਹੌਲੀ-ਹੌਲੀ ਫਿਰ ਮੈਂ ਸਿੱਖਿਆ ਇਹ ਕੰਮ YouTube ਤੋਂ Google ਤੋਂ ਸਾਰਾ ਕੁਝ ਸਰਚ ਕੀਤਾ ਤੇ ਪਤਾ ਲੱਗਾ ਇਸ ਬਾਰੇ ਫਿਰ ਮੈਂ ਅਪਲਾਈ ਕੀਤਾ ਰਿਕਾਰਡ ਹਮ ਐਂਡ ਮੇਰਾ ਪਹਿਲਾ ਰਿਕਾਰਡ ਵੀ ਡਿਸਕਵালিਫਾਈ ਹੋ ਗਿਆ ਸੀ ਜੀ ਪਹਿਲੇ ਅਟੈਂਪਟ ਵੀ ਫੇਲ ਹੋ ਗਿਆ ਹਮ ਕਿ ਇੱਕ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਸੀ ਮੈਂ ਬਿਲਕੁਲ ਕਿ ਆਪਣੇ ਇਸ ਸਫ਼ਰ ਦੀ ਸ਼ੁਰੂਆਤ ਕਰੂੰਗਾ ਪਰ ਪਹਿਲੇ ਸਫਰ 'ਚ ਜਦੋਂ ਤੁਹਾਨੂੰ ਫੇਲ ਦਾ ਸਾਹਮਣਾ ਕਰਨਾ ਪਵੇ ਜਾਂ ਕਿਹਾ ਲੋ ਕਿ ਡਿਸਕੋਲੀਫਾਈ ਡਿਸਕੋਲੀਫੀਕੇਸ਼ਨ ਦਾ ਸਾਹਮਣਾ ਕਰਨਾ ਪਵੇ ਤਾਂ ਫਿਰ ਤੁਹਾਡਾ ਇੱਕ ਮੋਟੀਵੇਸ਼ਨ ਜੀ ਡਾਊਨ ਹੋ ਜਾਂਦੀ ਹੈ ਤੁਸੀਂ ਲੋ ਫੀਲ ਕਰਨ ਲੱਗ ਪੈਂਦੇ ਹੋ ਯਾਰ ਮੈਂ ਸਟੱਡੀਜ਼ 'ਚ ਵੀ ਫੇਲ ਹਾਂ ਇਹਦੇ ਵਿੱਚ ਵੀ ਫੇਲ ਹਾਂ ਤੇ ਉਸ ਤੋਂ ਬਾਅਦ ਸਰ ਚਾਈਨੀਜ਼ ਐਪ ਚੱਲਦੇ ਸੀ ਸਾਡੇ ਇੰਡੀਆ ਦੇ ਵਿੱਚ ਜੀ ਟਿਕਟੋਕ ਹੈਲੋ ਐਪ ਇਹ ਚੱਲਦੇ ਸੀ ਮੈਂ ਵੀਡੀਓ ਪਾਉਣੀ ਸ਼ੁਰੂ ਕਰਤੀਆਂ ਉੱਤੇ ਹੈਲੋ ਐਪ ਤੇ ਟਿਕਟੋਕ ਤੇ ਪਾਉਂਦਾ ਰਿਹਾ ਵੀਡੀਓ ਤੇ ਹੈਲੋ ਐਪ ਤੇ ਮੈਂ ਲਗਾਤਾਰ ਵੀਡੀਓ ਪਾ ਪਾ ਕੇ ਨਾ ਇੱਕ ਦਿਨ ਮੈਨੂੰ ਪੰਜਾਬ ਚੋਂ ਮੈਨੇਜਰ ਨੇ ਉਹਨਾਂ ਦੇ ਉਹਨਾਂ ਦਾ ਕੰਟੈਕਟ ਕੀਤਾ ਮੈਨੂੰ ਉਹਨਾਂ ਨੇ ਮੈਸੇਜ ਕੀਤਾ ਕਿ ਵਧੀਆ ਕੰਟੈਂਟ ਆ ਤੁਹਾਡਾ ਅਸੀਂ ਤੁਹਾਨੂੰ ਪੇ ਕਰਾਂਗੇ ਕੰਟੈਂਟ ਪਾਉਂਦਾ ਟਿਕਟੋਕ ਨੇ ਹੈਲੋ ਐਪ ਹੈਲੋ ਐਪ ਨੇ ਜੀ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਪੇ ਕਰਾਂਗੇ ਤੁਸੀਂ ਡੇਲੀ ਵੀਡੀਓ ਇਦਾਂ ਪਾਉਣੀਆਂ ਨੇ 2 ਤੋਂ 3 3 ਤੋਂ 4 ਵੀਡੀਓ ਮੈਂ ਖੁਸ਼ ਹੋ ਗਿਆ ਬਿਲਕੁਲ ਮੈਂ ਕਿਹਾ ਕਿ ਯਾਰ ਇੰਨੀ ਛੋਟੀ ਉਮਰ 'ਚ ਮੈਂ ਕਮਾ ਕੇ ਦਊਂਗਾ ਆਪਣੇ ਪਰਿਵਾਰ ਨੂੰ ਇਸ ਤੋਂ ਵੱਡੀ ਖੁਸ਼ੀ ਹੋਰ ਨਹੀਂ ਹੋ ਸਕਦੀ ਇੱਕ ਔਲਾਦ ਵਾਸਤੇ ਹੂੰ ਮੈਂ ਵੀਡੀਓ ਪਾਉਣੀ ਅਸਰ ਸ਼ੁਰੂ ਕਰਤੀਆਂ 2-3 ਮਹੀਨੇ ਲਗਾਤਾਰ ਵੀਡੀਓ ਪਾਈਆਂ ਹੂੰ ਮੇਰਾ ਕੰਟੈਂਟ ਵਧੀਆ ਚੱਲ ਰਿਹਾ ਸੀ ਹੈਲੋ ਐਪ ਤੇ ਵਧੀਆ ਵੈਰੀਫਾਈਡ ਹੋ ਗਿਆ ਸੀ ਮੇਰਾ ਅਕਾਊਂਟ ਹੂੰ ਤੇ ਵਧੀਆ ਫੋਲੋਇੰਗ ਹੋਣ ਲੱਗ ਪਈ ਸੀ ਫਿਰ ਉਹ ਕਹਿੰਦੇ ਆ ਕਿ ਜ਼ਿੰਦਗੀ ਨਹੀਂ ਸੌਖੀ ਨਹੀਂ ਹੁੰਦੀ ਹੂੰ ਜ਼ਿੰਦਗੀ ਜਿਵੇਂ ਚੱਲਦੀ ਆ ਸਿੱਧੇ ਰਾਹ ਤੇ ਲੈ ਕੇ ਜਾਂਦੀ ਆ ਸਾਨੂੰ ਉਦਾਂ ਰਾਹ ਸਿੱਧੇ ਨਹੀਂ ਹੁੰਦੇ ਨਹੀਂ ਹੁੰਦੇ ਸਾਨੂੰ ਨਹੀਂ ਪਤਾ ਕਿਉਂਕਿ ਇਹ ਅਨਪ੍ਰੇਡਿਕਟੇਬਲ ਹੁੰਦੀ ਆ ਲਾਈਫ ਜੀ ਸਾਨੂੰ ਨਹੀਂ ਪਤਾ ਅਗਲੇ ਮੋੜ ਤੇ ਜਾਂ ਅਗਲੇ ਸਾਹ ਤੇ ਸਾਡੇ ਨਾਲ ਕੀ ਹੋ ਜਾਣਾ ਕੀ ਵਾਪਰਨਾ ਹੈ ਉਹ ਮੈਨੂੰ ਤਾਂ ਖੁਸ਼ੀ ਸੀ ਮੇਰੇ ਅੰਦਰ ਇੱਕ ਇੱਕ ਜੋਸ਼ ਸੀ ਯਾਰ ਪੈਸੇ ਮਿਲਣੇ ਆ ਮੈਨੂੰ ਇਹ ਕੰਮ ਦੇ ਹੁਣ ਹੂੰ ਜਿੰਨੇ ਵੀ ਮਿਲਣਗੇ ਚਲੋ ਮੈਂ ਆਪਣੇ ਪਰਿਵਾਰ ਨੂੰ ਦਊਂਗਾ ਉਹਨਾਂ ਨੂੰ ਖੁਸ਼ ਉਹਨਾਂ ਦੀ ਜੋ ਖੁਸ਼ੀ ਹੋਏਗੀ ਚਿਹਰੇ ਤੇ ਹੂੰ ਉਹ ਪੈਸੇ ਜਦੋਂ ਮੈਂ ਉਹਨਾਂ ਦੀ ਤਲੀ ਦੇ ਧਰਨੇ ਆ ਤਾਂ ਉਹ ਖੁਸ਼ੀ ਮੇਰੇ ਲਈ ਮੈਂ ਜ਼ਾਹਰ ਨਹੀਂ ਕਰ ਸਕਦਾ ਬੋਲਣ ਦੇ ਵਿੱਚ ਜੀ ਪਰ ਸਰ ਜਦੋਂ 3 ਮਹੀਨੇ ਹੋ ਗਏ ਮੈਨੂੰ ਕੰਮ ਕਰਦੇ ਨੂੰ ਤੇ ਇੱਕ ਦਿਨ ਖਬਰ ਆਉਂਦੀ ਹੈ ਕਿ ਚਾਈਨੀਸ ਐ ਬੈਨ ਕੀਤੇ ਜਾਣ ਲੱਗੇ ਆ ਇੰਡੀਆ ਦੇ ਵਿੱਚ ਹਾਂ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਜੀ ਮੈਂ ਨਿਊਜ਼ ਦੇਖੀ ਉਹ ਕਹਿੰਦੇ ਇਹ ਫੇਕ ਨਿਊਜ਼ ਆ ਕੁਝ ਨਹੀਂ ਹੁੰਦਾ ਹੂੰ ਅਗਲੇ ਦਿਨ ਸਰ ਉੱਠ ਕੇ ਦੇਖਿਆ ਤਾਂ ਬੈਨ ਹੋ ਚੁੱਕੀ ਸੀ ਐਪ ਹੂੰ ਮੈਂ ਉਹਨਾਂ ਨੂੰ ਕੀਤਾ ਮੈਂ ਕਿਹਾ ਜੀ ਹੁਣ ਕੀ ਕਰ ਸਕਦੇ ਆਪਾਂ ਜਿਹੜੀ ਮੇਰੀ ਮੈਨੂੰ ਪੇਮੈਂਟ ਜਿਹੜੀ ਮਿਲਣੀ ਸੀ ਮੈਨੂੰ ਹੂੰ ਉਹ ਕਦੋਂ ਦੇਵੋਗੇ ਤੁਸੀਂ ਹੂੰ ਉਹ ਬਾਈ ਕਹਿੰਦਾ ਕਿ ਯਾਰ ਹੈਲੋ ਐਪ ਬੈਨ ਹੋ ਗਈ ਆ ਤੇ ਜਿਹੜਾ ਉਹਦੇ ਵਿੱਚ ਨਾ ਵਾਲਟ ਹੁੰਦਾ ਵਾ ਇੱਕ ਹੂੰ ਐਪ ਦੇ ਵਿੱਚ ਸਾਰੇ ਪੈਸੇ ਉਹਦੇ ਵਿੱਚ ਸੀ ਹੂੰ ਤੇ ਪੈਸੇ ਤੇਰੇ ਨਾਲ ਹੀ ਚਲ ਗਏ ਤੇ ਮੈਨੂੰ ਸਰ ਇੱਕ ਵਾਊਚਰ ਕੋਡ ਹੁੰਦਾ ਵਾ ਵਾਊਚਰ ਕਾਰਡ ਹੁੰਦਾ ਜਿਹਨੂੰ ਆਪਾਂ ਕਹਿੰਦੇ ਨੇ Amazon ਦਾ ਵਾਊਚਰ ਕਾਰਡ ਬੰਦਾ ਜੀ 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 ਉਹ 1000 ਰੁਪਏ ਦਾ ਵਾਊਚਰ ਕਾਰਡ ਮੈਨੂੰ ਦੇਤਾ ਉਹਨਾਂ ਨੇ ਹੂੰ ਇਹ ਤੁਹਾਡੀ ਮਿਹਨਤ ਆ ਜੀ 3-4 ਮਹੀਨਿਆਂ ਦੀ ਤੇ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਕਿ ਯਾਰ ਚਲ ਕੋਈ ਗੱਲ ਨਹੀਂ ਠੀਕ ਆ ਪਤਾ ਲੱਗਿਆ ਕਿ ਲਾਈਫ ਇੰਨੀ ਸੌਖੀ ਨਹੀਂ ਹੈ ਸੌਖੀ ਨਹੀਂ ਫਿਰ ਮੈਂ ਸੋਚਿਆ ਕਿ ਯਾਰ ਜਿਹੜਾ ਮੈਂ ਵਰਲਡ ਰਿਕਾਰਡ ਦੀ ਪ੍ਰੈਕਟਿਸ ਕਰਦਾ ਸੀ ਮੈਂ ਪਹਿਲੇ ਅਟੈਂਪਟ 'ਚ ਫੇਲ ਹੋਇਆ ਸੀ ਹੂੰ ਉਹ ਕਿਉਂ ਮੈਂ ਛੱਡ ਤਾ ਉੱਥੇ ਹੀ ਚੱਲ ਗਿਆ ਦੁਬਾਰੇ ਉੱਥੇ ਮੈਂ ਮਿਹਨਤ ਕਿਉਂ ਨਹੀਂ ਕੀਤੀ ਹੂੰ ਜੇ ਮੈਂ ਲਗਾਤਾਰ ਮਿਹਨਤ ਕਰਦਾ ਰਹਿੰਦਾ ਨਾਲ ਨਾਲ ਤਾਂ ਮੇਰਾ ਵਰਲਡ ਰਿਕਾਰਡ ਹੋ ਜਾਣਾ ਸੀ ਅੱਜ ਨੂੰ ਹੂੰ ਮੈਂ ਫੇਰ ਸ਼ੁਰੂ ਕੀਤੀ ਸਰ ਪ੍ਰੈਕਟਿਸ ਕਰੇ ਫਿਰ ਕਦੋਂ ਟੁੱਟ ਗਿਆ ਪਹਿਲਾ ਰਿਕਾਰਡ ਫਿਰ ਪ੍ਰੈਕਟਿਸ ਸਰ ਮੈਂ ਕੀਤੀ ਸਿਰਫ 21 ਦਿਨ 21 ਦਿਨ ਸਿਰਫ 21 ਦਿਨ ਤੇ ਪਹਿਲੇ ਰਿਕਾਰਡ ਤੋਂ ਲੈ ਕੇ ਆਪਣੇ 7ਵੇਂ ਰਿਕਾਰਡ ਦੀ ਗੱਲ ਕਰਾਂ ਤਾਂ ਹਰੇਕ ਰਿਕਾਰਡ ਦੀ ਪ੍ਰੈਕਟਿਸ ਮੈਂ 21 ਦਿਨ ਕਰਦਾ 21 ਦਿਨ ਦੀ ਪ੍ਰੈਕਟਿਸ ਤੋਂ ਬਾਅਦ ਤੁਸੀਂ ਰਿਕਾਰਡ ਆ ਜਿਹੜਾ ਉਹ ਬ੍ਰੇਕ ਕਰ ਦਿੰਨੇ ਆ ਜਾਂ ਕਿ ਲੋ ਨਵਾਂ ਬਣਾ ਦਿੰਨੇ ਆ ਜਾਂ ਨਵਾਂ ਬਣਾਉਣਾ ਫਿਰ ਆਪਾਂ ਇੱਕ ਇੱਕ ਕਰਕੇ ਸਾਡੇ ਦਰਸ਼ਕਾਂ ਨੂੰ ਦੱਸਦੇ ਚੱਲੀਏ ਪਹਿਲਾ ਕਿਹੜਾ ਕਿੱਥੇ ਦਰਜ ਸਾਰੇ ਸਾਰੇ ਰਿਕਾਰਡ ਪੁਸ਼-ਅਪ ਚ ਹੈ ਜੀ ਆਜੋ ਪਹਿਲਾ ਰਿਕਾਰਡ ਸੀ ਸਰ ਮੇਰਾ ਨਕਲ ਪੁਸ਼-ਅਪ ਦਾ ਜੀ ਮੁਠੀ ਬੰਦ ਕਰਕੇ ਡੰਡ ਲਾਉਣੀ ਹੁੰਦੀ ਹੈ ਆਪਾਂ ਹਮ ਇੱਕ ਮਿੰਟ ਦੇ ਵਿੱਚ 118 ਡੰਡ ਲਾਈ ਸੀ ਮੈਂ ਹਮ ਕੀ ਬਾਤ ਹੈ ਉਦੋਂ 17 ਸਾਲ 17.5 ਸਾਲ ਨੂੰ ਮਸੀਬੇ ਤੇ ਪਹਿਲਾਂ ਇਹ 월ਡ ਰਿਕਾਰਡ ਵਿੱਚ ਕਿੰਨੇ ਸੀ ਪਹਿਲਾ ਰਿਕਾਰਡ ਸੀ ਸਰ 91 ਪੁਸ਼-ਅਪ ਦਾ ਆਹ ਕੀ ਬਾਤ ਹੈ ਉਹ ਰਿਕਾਰਡ ਸੀ ਰੋਨ ਕੋ ਉੱਪਰ ਦਾ ਹਮ ਯੂ ਐਸ ਏ ਦਾ ਉਹ ਪਲੇਅਰ ਆ ਬੜੀ ਰਿਸਪੈਕਟ ਕਰਦਾ ਮੈਂ ਉਹਨਾਂ ਦੀ ਕਿਉਂਕਿ ਉਹਨਾਂ ਤੋਂ ਮੈਨੂੰ ਇੱਕ ਦਿਸ਼ਾ ਮਿਲੀ ਹੈ ਉਹਨਾਂ ਤੋਂ ਮੈਨੂੰ ਇੱਕ ਪ੍ਰੇਰਣਾ ਮਿਲੀ ਹੈ ਕਿ ਜੇ ਉਹ ਕਰ ਸਕਦੇ ਤਾਂ ਮੈਂ ਵੀ ਕਰ ਸਕਦਾ ਐਂਡ ਉਹਨਾਂ ਦੀ ਏਜ 32 ইয়ার ਸੀ 32 ਸਾਲ ਦੀ ਸੀ ਬਿਲਕੁਲ 91 ਵਾਲਾ ਤੁਸੀਂ ਤੋੜ ਕੇ ਆਪਦੇ ਨਾਂ ਕੀਤਾ 118 ਤੇ ਲਿਆ ਕੇ 118 ਲਾ ਕੇ ਇਹ ਸੀ ਪਹਿਲਾ ਇਹ ਸੀ ਪਹਿਲਾ ਸਰ ਮੈਂ ਪੁੱਛ ਸਕਦਾ ਕਿਹੜਾ ਸਾਲ ਸੀ ਇਹ ਸਰ 2019 2019 ਦੇ ਵਿੱਚ ਸ਼ੁਰੂਆਤਾਂ ਹੋ ਗਈਆਂ ਸੀ ਹਾਂਜੀ ਤੇ ਦੂਜਾ ਫਿਰ ਦੂਜਾ ਸਰ ਸੁਪਰਮੈਨ ਪੁਸ਼-ਅਪ ਦਾ ਠੀਕ ਹੈ 30 ਸੈਕਿੰਡਾਂ ਦੇ ਵਿੱਚ 35 ਸੁਪਰਮੈਨ ਪੁਸ਼-ਅਪ ਲਾਇਆ। ਵਾਹ! ਕੀ ਬਾਤ। ਡੰਡ ਮਾਰ ਕੇ ਹਵਾ 'ਚ ਲੈ ਕੇ ਆਉਣਾ ਸਰੀਰ ਨੂੰ। ਸੁਪਰਮੈਨ ਦੀ ਪੋਜੀਸ਼ਨ 'ਚ। ਜੀ ਜੀ ਜੀ। ਉਹ ਸੀ ਸਰ ਮੇਰਾ ਦੂਸਰਾ ਰਿਕਾਰਡ। ਉਹਦੇ 'ਚ ਮੈਂ ਪਹਿਲੇ ਰਿਕਾਰਡ 'ਚ ਹੀ ਪਹਿਲੇ ਅਟੈਂਪਟ ਵਿੱਚ ਹੀ ਐਸੈਪਟ ਹੋ ਗਿਆ ਸੀ ਮੇਰਾ। ਇਸ ਤੋਂ ਪਹਿਲਾਂ ਵੀ ਮਾੜਾ ਜਾਂ ਦੱਸ ਦਿਆ ਕਰੋ ਕਿ ਪਹਿਲਾਂ ਤੁਸੀਂ 35 ਲਾਇਏ ਤੇ ਇਸ ਤੋਂ ਪਹਿਲਾਂ ਕਿੰਨਾ ਸੀ 월ਡ ਰੋਰਡ? ਇਸ ਤੋਂ ਪਹਿਲਾਂ ਸਰ ਰਿਕਾਰਡ ਸੀ 31ਾਂ ਦਾ। 31ਾਂ ਦਾ ਤੋੜਿਆ ਤੁਸੀਂ 35 ਦੇ ਨਾਲ। ਜੀ। ਕੀ ਬਾਤ ਆ। ਇਹ ਸਰ ਸੀ ਤਾਮਿਲਨਾਡੂ ਦਾ ਮੁੰਡਾ ਸੀ। ਉਹਦੇ ਨਾਮ ਸੀ। ਸਲਾਮ ਬਾਈ ਤੁਹਾਨੂੰ। ਯਾਸ਼ਾ ਉਹਦਾ ਨਾਮ। ਹ ਐਂਡ ਉਹਨਾਂ ਨੂੰ ਵੀ ਸਲੂਟ ਹੈ ਜਿਹੜਾ ਉਹਨਾਂ ਨੇ ਮਿਹਨਤ ਕੀਤੀ ਸੀ ਬਿਲਕੁਲ ਬਿਲਕੁਲ ਤੇ ਬਾਕੀ ਰਹੀ ਗੱਲ ਕੀ ਸਰ ਰਿਕਾਰਡ ਬਣਦੇ ਟੁੱਟਣ ਆਸਤੇ ਬਿਲਕੁਲ ਹੈਨਾ ਬੇਰਨਪੁਰ ਕਈ ਵਾਰੀ ਇਹ ਦੁੱਖ ਲੱਗਦਾ ਹੁੰਦਾ ਜਦੋਂ ਮੈਂ ਕਿਸੇ ਦਾ ਰਿਕਾਰਡ ਤੋੜਦਾ ਪਰ ਕਿਤੇ ਨਾ ਕਿਤੇ ਮੈਨੂੰ ਮੋਟੀਵੇਸ਼ਨ ਵੀ ਮਿਲਦੀ ਹੈ ਕਿ ਯਾਰ ਜੇ ਮੈਂ ਰਿਕਾਰਡ ਤੋੜ ਰਿਹਾ ਹਾਂ ਜਿਨ੍ਹਾਂ ਦਾ ਟੁੱਟ ਰਿਹਾ ਉਹਨਾਂ ਨੂੰ ਕਿੰਨੀ ਮੋਟੀਵੇਸ਼ਨ ਮਿਲ ਰਹੀ ਹੋਵੇ ਬਿਲਕੁਲ ਯਾਰ ਅਗਲੇ ਨੇ ਮੇਰਾ ਰਿਕਾਰਡ ਤੋੜਿਆ ਤੇ ਮੈਂ ਵੀ ਹੁਣ ਮਿਹਨਤ ਕਰਨੀ ਹੈ ਸੋ ਉਹਨਾਂ ਨੂੰ ਵੀ ਇੱਕ ਜਜ਼ਬਾ ਮਿਲ ਜਾਂਦਾ ਹਮ ਐਂਡ ਮੇਰਾ ਇਹ ਪ੍ਰਤੀ ਕੋਈ ਰੰਜਿਸ਼ ਨਹੀਂ ਹੈ ਸਰ ਹਮ ਕਿ ਕੋਈ ਨਫ਼ਰਤ ਦੀ ਭਾਵਨਾ ਨਾਲ ਨਹੀਂ ਚੱਲਦਾ ਮੈਂ ਕਿ ਕਿਸੇ ਦਾ ਰਿਕਾਰਡ ਬ੍ਰੇਕ ਕੀਤਾ ਤੇ ਮੈਂ ਮਾਣ ਮਹਿਸੂਸ ਕਰਦਾ ਠੀਕ ਹੈ ਮਾਣ ਮਹਿਸੂਸ ਮੈਂ ਕਰਦਾ ਮੈਂ ਬੋਰਡ ਰਿਕਾਰਡ ਬਣਾਇਆ ਪਰ ਕਿਸੇ ਦਾ ਤੋੜਨਾ ਉਸ ਤਰੀਕੇ ਨਾਲ ਨਹੀਂ ਮੈਂ ਮਾਣ ਮਹਿਸੂਸ ਕਰਦਾ ਕਿਉਂਕਿ ਕੱਲ ਨੂੰ ਜੇ ਮੇਰਾ ਵੀ ਕੋਈ ਤੋੜੇਗਾ ਮੈਂ ਉਹਨੂੰ ਨਫ਼ਰਤ ਦੀ ਭਾਵਨਾ ਨਾਲ ਥੋੜੀ ਲੈ ਕੇ ਚੱਲੂੰਗਾ ਆਪਾਂ ਤਾਂ ਆਪਣੀ ਲੀਖ ਵੱਡੀ ਕਰਨੀ ਹੈ ਕਿਸੇ ਦੀ ਥੋੜਾ ਛੋਟੀ ਕਰਨੀ ਹੈ ਪਰ ਅੱਜ ਸਰ ਜੇ ਆਪਾਂ ਗੱਲ ਕਰੀਏ ਨਾ ਸਾਡੇ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਕੰਪੀਟੀਸ਼ਨ ਆਪਣੇ ਨਾਲ ਆਪਣੇ ਭਰਾਵਾਂ ਦੇ ਨਾਲ ਰੌਲਾ ਹੀ ਇੱਥੇ ਆਇਆ ਹੈ ਆਪਣੇ ਮਾਮੇ ਦੇ ਮੁੰਡੇ ਨਾਲ ਆ ਆਪਣੇ ਭੂਆ ਦੇ ਮੁੰਡੇ ਨਾਲ ਆ ਹਾਂਜੀ ਉਹ ਬਾਹਰ ਚਲ ਗਿਆ ਤੂੰ ਇੱਥੇ ਹੀ ਆ ਲੈ ਉਹ ਵੀ 네ਗੇਟਿਵ ਹਾਂ ਉਹ 네ਗੇਟਿਵ 네ਗੇਟਿਵ ਕੰਪੀਟੀਸ਼ਨਲ 네ਗੇਟਿਵ ਐਂਡ ਇਹ ਸਰ ਮੈਂ ਗਲਤ ਨਹੀਂ ਕਹੂੰਗਾ ਪਰ ਫੈਮਲੀਜ਼ ਦਾ ਇੱਥੇ ਥੋੜਾ ਗਲਤ ਪ੍ਰਭਾਵ ਹੁੰਦੀ ਹੈ ਨਾ ਹੂੰ ਆ ਮੈਂ ਕਹਿਣਾ ਨਹੀਂ ਚਾਹੁੰਗਾ ਕਿਉਂਕਿ ਇਹ ਚੀਜ਼ ਕੌਂਟ੍ਰੋਵਰਸ਼ੀਅਲ ਹੋ ਸਕਦੀ ਹੈ ਬਟ ਰਿਐਲਿਟੀ ਇਹੀ ਹੈ ਸੱਚ ਹੈ ਕਿ ਫੈਮਲੀ ਸਾਨੂੰ ਪ੍ਰੈਸ਼ਰ ਪਾਉਂਦੀ ਹੈ ਉਸ ਸੀਟ ਦੇ ਲੈ ਕੇ ਜ਼ਿਆਦਾ ਐਂਡ ਇੱਥੇ ਮੈਂ ਇਹ ਜ਼ਿਕਰ ਜੋ ਕਰਦਾ ਕਿ ਮੇਰੀ ਫੈਮਲੀ ਨੇ ਮੈਨੂੰ ਹੁਣ ਤੱਕ ਬਹੁਤ ਸਪੋਰਟ ਕੀਤੀ ਹੈ ਸਰ ਹੂੰ ਮੇਰੇ ਮਾਪਿਓ ਮੇਰੇ ਚਾਚਾ ਜੀ ਤੁਸੀਂ ਦੇਖਿਆ ਚਾਚਾ ਜੀ ਮੇਰੇ ਨਾਲ ਆਏ ਸੋ ਜਦੋਂ ਤੋਂ ਮੈਂ ਸ਼ੁਰੂ ਕੀਤਾ ਆਪਣਾ ਸਫਰ ਹਮ ਚਾਚਾ ਜੀ ਮੇਰੇ ਨਾਲ ਹਮੇਸ਼ਾ ਹਮ ਉਹ ਸਪੋਰਟ ਕਰਦੇ ਆ ਰਹੇ ਆ ਤੇ ਮੈਨੂੰ ਲੱਗਦਾ ਕਰਦੇ ਰਹਿਣਗੇ ਮੇਰੇ ਮਾਪਿਓ ਦਾ ਅਸ਼ੀਰਵਾਦ ਦਾ ਦੁਆਵਾ ਨਹੀਂ ਉਹਨਾਂ ਦੀ ਕਈ ਮਾਵਾ ਨੇ ਹਮ ਜਿਨ੍ਹਾਂ ਦੇ ਪੁੱਤਾਂ ਨੂੰ ਮੈਂ ਸਹੀ ਰਾਹ ਤੇ ਲੈ ਕੇ ਆਇਆ ਅੱਜ ਬਿਲਕੁਲ ਬਿਲਕੁਲ ਸਲਾਮ ਬਾਈ ਤੁਹਾਨੂੰ ਉਹਨਾਂ ਨੂੰ ਮੈਂ ਇੱਕ ਮੋਟੀਵੇਸ਼ਨ ਦਿੱਤੀ ਆ ਇੱਕ ਜ਼ਰੀਆ ਦਿੱਤਾ ਵਾ ਹਮ ਯਾਰ ਤੁਸੀਂ ਵੀ ਵਰਲਡ ਰਿਕਾਰਡ ਬਣਾਓ ਤੇ ਬਾਈ ਅੱਜ ਮੈਨੂੰ ਦੇਖ ਕੇ ਸਾਤ ਜਣੇ ਨੇ ਵਰਲਡ ਰਿਕਾਰਡ ਬਣਾਏ ਆ ਸਿਰਫ ਪੰਜਾਬ ਚ ਵਾਹ ਸਿਰੋਪ ਪੰਜਾਬ ਚੋ ਕੀ ਬਾਤ ਆ ਬਾਈ ਤੇ ਸੱਤ ਕਹਿਣਾ ਸ਼ੌਖਾ ਹੁੰਦਾ ਕਿ ਇਹ ਛੋਟਾ ਜਿਹਾ ਯਾਰ ਤੇ ਸੱਤ ਕਿੰਨੇ ਹੁੰਦੀ ਆ ਬਟ ਸਰ ਜੇ ਦਲਦਲ ਚੋਂ ਆਪਾਂ ਕੱਢ ਗਏ ਲੋਨੇ ਆ ਕਿਸੇ ਨੂੰ ਤਾਂ ਉਹ ਬੜੀ ਵੱਡੀ ਗੱਲ ਆ ਮੇਰੇ ਵਾਸਤੇ ਤੀਜਾ ਰਿਕਾਰਡ ਬਾਈ ਪਹਿਲੇ ਦੋਹਾਂ ਦੀ ਤੁਸੀਂ ਗੱਲ ਕੀਤੀ ਤੀਜਾ ਤੀਜਾ ਰਿਕਾਰਡ ਸਰ ਲਿਮਕਾ ਬੁੱਕ ਦੇ ਵਿੱਚ ਕੀਤਾ ਸੀ ਮੈਂ ਜੀ ਸਰ ਉਹ ਮੈਂ ਕੀਤਾ 2020 ਦੇ ਵਿੱਚ ਅਟੈਂਪਟ ਜੀ ਐਂਡ ਮੈਨੂੰ ਨਹੀਂ ਸੀ ਪਤਾ ਕਿ ਲਿਮਕਾ ਬੁੱਕ ਇੰਨਾ ਟਾਈਮ ਲੋਂਦੀ ਆ ਹੂੰ 20 ਦੇ ਵਿੱਚ ਅਟੈਂਪਟ ਕੀਤਾ ਵੀ ਪੂਰਾ ਨੰਗ ਮੈਂ ਵੇਟ ਕਰਦਾ ਰਿਹਾ ਕਿ ਕਦੋਂ ਮੈਨੂੰ ਇਹਦਾ ਰਿਜ਼ਲਟ ਮਿਲੇਗਾ ਤੇ ਕਦੋਂ ਮੈਂ ਆਪਣੇ ਅਗਲੇ ਰਿਕਾਰਡ ਦੀ ਤਿਆਰੀ ਕਰੂੰਗਾ ਹਮ ਅਕਸਰ ਸਾਨੂੰ ਇਹੀ ਹੁੰਦਾ ਕਿ ਯਾਰ ਆਹ ਕਰ ਲਿਆ ਮੈਂ ਬਿਲਕੁਲ ਇਹਦਾ ਮੈਨੂੰ ਰਿਜ਼ਲਟ ਮੈ ਉਹ ਜੇ ਫਿਰ ਮੈਂ ਗਾਂ ਪ੍ਰੈਕਟਿਸ ਕਰਦਾ ਹਮ ਆਪਾਂ ਉਦੋਂ ਹੀ ਕਿਉਂ ਨਹੀਂ ਪ੍ਰੈਕਟਿਸ ਸ਼ੁਰੂ ਕਰ ਦਿੰਦੇ ਬਿਲਕੁਲ ਮੇਰੀ ਗਲਤੀ ਵੱਡੀ ਉਦੋਂ ਇਹ ਹੋਈ ਸੀ ਪਰ ਲਾਈਫ ਸਿੱਖਣ ਨੂੰ ਦਿੰਦੀ ਹੈ ਸਬਕ ਬਿਲਕੁਲ ਡੇਲੀ ਕੁਝ ਨਵਾਂ ਸਿੱਖਣ ਨੂੰ ਮਿਲਦਾ ਹਮ ਪਹਿਲਾ ਰਿਕਾਰਡ ਮੈਂ ਉਹ ਤੀਸਰਾ ਰਿਕਾਰਡ ਕੀਤਾ ਅਟੈਂਪਟ ਸਰ ਮੈਂ 1 ਮਿੰਟ ਦੇ ਵਿੱਚ 52 ਸੁਪਰਮੈਨ ਪੁਸ਼-ਅਪ ਲਾਈ ਸੀ ਵਾਹ ਲਗਾਤਾਰ ਐਂਡ ਇਹ ਇਸ ਟਾਈਮ ਕਰੰਟ ਵਰਲਡ ਰਿਕਾਰਡ ਹੈ ਪੂਰੇ ਵਰਲਡ ਦੇ ਵਿੱਚ ਕਿਸੇ ਨੇ ਅੱਜ ਤੱਕ ਇਹ ਰਿਕਾਰਡ ਅਟੈਂਪਟ ਨਹੀਂ ਸੀ ਕੀਤਾ 52 ਸੁਪਰਮੈਨ ਪੁਸ਼-ਅਪ 1 ਮਿੰਟ ਦੇ ਵਿੱਚ ਲਾਉਣੇ ਸਲਾਮ ਭਾਈ ਸਲਾਮ ਮਤਲਬ ਉਹ ਕਾਫੀ ਸੀ ਉਦੋਂ ਉਮਰ ਮੇਰੀ 20 20 ਸਾਲ ਸੀ ਤੇ ਨਸ਼ਿਆਂ 'ਚ ਜਾਂਦੇ ਬੰਦੇ ਵੇਖ ਸਕਦੇ ਨੇ ਤੁਹਾਡੇ ਵੱੰਨੀ ਜੀ ਸਰ ਐਂ ਵੀ ਜ਼ਿੰਦਗੀ ਹੁੰਦੀ ਹੈ 20 ਸਾਰਾ ਸਾਲ ਲੰਘ ਗਿਆ 21 ਵੀ ਲੰਘ ਗਿਆ ਉਹ ਡੇਢ ਸਾਲ ਸਰ ਮੈਂ ਵਰਲਡ ਰਿਕਾਰਡ ਦੀ ਪ੍ਰੈਕਟਿਸ ਨਹੀਂ ਕੀਤੀ ਮੈਂ ਵੇਟ ਕਰਦੇ ਰਿਹਾ ਕਿ ਕਦੋਂ ਮੇਰਾ ਇਹ ਰਿਜ਼ਲਟ ਆਏਗਾ। ਹੂੰ। ਮਤਲਬ ਉਥੇ ਗਲਤੀ ਹੋਈ ਮੇਰੇ ਕੋਲ ਪਰ ਇਹ ਸਿੱਖਣ ਨੂੰ ਆ ਤੁਹਾਡੇ ਸਾਰੇ ਯੰਗਸਟਰਸ ਆਸਤੇ ਕਿ ਤੁਸੀਂ ਵੇਟ ਨਹੀਂ ਕਰਨੀ ਯਾਰ ਆਪਣੇ ਰਿਜ਼ਲਟ ਦੀ। ਹੂੰ। ਮਿਹਨਤ ਉਦੋਂ ਹੀ ਸ਼ੁਰੂ ਕਰ ਦਿਓ। ਅੱਜ ਜਿਹੜਾ ਅਟੈਂਪਟ ਕੀਤਾ ਵਾ ਅਗਲੇ ਦਿਨ ਮਿਹਨਤ ਸ਼ੁਰੂ ਕਰੋ। ਹੂੰ। ਨਾਲ ਦੀ ਨਾਲ ਗੈਪ ਨਾ ਪਾਓ। ਜਦੋਂ ਗੈਪ ਪੈ ਜਾਂਦਾ ਨਾ ਤਾਂ ਲੋਕ ਤੁਹਾਨੂੰ ਭੁੱਲਦੇ ਜਾਂਦੇ ਆ। ਜਿਵੇਂ ਭਈ ਆਪਾਂ ਜੇ ਸਿੰਗਰਸ ਦੀਆਂ ਐਕਟਰਸ ਦੀ ਗੱਲ ਕਰੀਏ ਨਾ ਉਹ ਜਦੋਂ ਆਪਣੇ ਕੰਮ ਦੇ ਵਿੱਚ ਗੈਪ ਬੰਦਦੇ ਆ ਨਾ ਹੂੰ ਤਾਂ ਲੋਕਾਂ ਦਾ ਉਹਨਾਂ ਤੋਂ ਮਨ ਜਾ ਉੱਠ ਜਾਂਦਾ ਫਿਰ। ਬਿਲਕੁਲ ਕੀ ਯਾਰ ਹੁੰਦਾ ਸੀ ਆਪਾਂ ਸੀ ਲਾ ਦਨੇ ਹਾਂ ਬਿਲਕੁਲ ਉਹ ਕਹਿੰਦੇ ਚਲਦੀ ਦਾ ਨਾਮ ਗਾੜੀ ਹੈ ਜਿੰਨਾਂ ਦਾ ਤੁਸੀਂ ਚੱਲਦੇ ਹੋ ਉਹਨਾਂ ਦਾ ਲੋਕ ਤੁਹਾਨੂੰ ਦੇਖਦੇ ਆ ਚਾਹੇ ਉਹ ਰੋਡਾਂ ਦੇ ਖੜ ਕੇ ਦੇਖਦੇ ਆ ਚਾਹੇ ਉਹ ਸੱਥਾਂ ਤੇ ਬਹਿ ਕੇ ਦੇਖਦੇ ਆ ਦੇਖਦੇ ਜ਼ਰੂਰ ਆ ਪਰ ਜਦੋਂ ਤੁਹਾਡੀ ਗੱਡੀ ਰੁਕੀ ਹੈ ਉਹ ਤੁਹਾਨੂੰ ਦੇਖ ਕੇ ਹੱਸਣਗੇ ਸਿਰਫ ਵਾਹ ਗੱਡੀ ਰੋਕਦੀ ਹੈ ਸਰ ਖਰਾਬ ਹੋ ਜਾਂਦੀ ਹੈ ਧੱਕਾ ਲਾਉਨੇ ਆ ਆਪਾਂ ਲੋਕ ਹੱਸਦੇ ਆ ਬਿਲਕੁਲ ਉਦਾਂ ਹੀ ਲਾਈਫ ਹੈ ਸਰ ਜਦੋਂ ਤੁਸੀਂ ਰੋਗੇ ਨਾ ਲੋਕ ਤੁਹਾਡੇ ਤੇ ਹੱਸਣਗੇ ਹਾਂ ਹੁੰਦਾ ਸੀ ਇਹਦਾ ਵੀ ਟਾਈਮ ਸੀ ਯਾਰ ਅੱਛਾ ਹੁਣ ਤਾਂ ਬਦਲ ਗਿਆ ਬਾਈ ਟ੍ਰੈਂਡ ਹੈ ਨਾ ਪਹਿਲਾਂ ਕਹਿੰਦੇ ਸੀ ਵੀ ਚੱਲਦੀ ਦਾ ਨਾ ਗੱਡੀ ਆ ਖੜੀ ਨੂੰ ਕੋਈ ਨਹੀਂ ਪੁੱਛਦਾ ਹਾਂਜੀ ਹੁਣ ਥੋੜਾ ਜਿਹਾ ਉਲਟ ਹੋ ਗਿਆ ਜੀ ਕਿ ਚੱਲਦੀ ਗੱਡੀ ਤੇ ਸਾਰੇ ਮੱਚਦੇ ਨੇ ਤੇ ਖੜੀ ਤੇ ਸਾਰੇ ਹੱਸਦੇ ਨੇ ਜੀ ਸਰ ਹੁਣ ਥੋੜਾ ਜਿਹਾ ਦਿਮਾਗ ਬਦਲ ਗਿਆ ਲੋਕਾਂ ਦਾ ਮੇਰਾ ਸਰ ਇਹ ਆ ਇੱਥੇ ਕਿ ਹੂੰ ਗੱਡੀ ਜਿੰਨਾ ਚਿਰ ਚੱਲਦੀ ਐ ਮੈਂ ਚਲਾਉਂਗਾ ਆਪਣੀ ਸਰ ਆਪਣੀ ਮਿਹਨਤ ਕਰਦਾ ਰਹੂੰਗਾ ਪਰ ਜਦੋਂ ਇਹ ਰੁਕੇਗੀ ਉਦੋਂ ਸਰ ਇੱਕ ਲਾਈਨਾਂ ਲੱਗਣੀਆਂ ਚਾਹੀਦੀਆਂ ਦੇਖਣ ਹਾਂ ਕੀ ਬਾਤ ਆ ਕੀ ਬਾਤ ਆ ਭਾਈ ਮਤਲਬ ਇੱਕ ਰੁਤਬਾ ਇਹੋ ਜਿਹਾ ਹੋਣਾ ਚਾਹੀਦਾ ਬੰਦੇ ਦਾ ਕਹਿੰਦੇ ਆ 84 ਲੱਖ ਸਾਲ ਜੁਨਾ ਭੁਗਤ ਕੇ ਸਾਨੂੰ ਇਹ ਮਨੁੱਖੀ ਜੀਵਨ ਮਿਲਦਾ ਬਿਲਕੁਲ ਤੇ ਜੇ ਆਪਾਂ ਇੰਨੇ ਸਾਲਾਂ ਬਾਅਦ ਇੰਨੇ ਚਿਰ ਬਾਅਦ ਇੱਥੇ ਆਏ ਆ ਧਰਤੀ ਤੇ ਤਾਂ ਸਾਨੂੰ ਕੁਝ ਇਹੋ ਜਿਹਾ ਕਰਨਾ ਚਾਹੀਦਾ ਕਿ ਲੋਕ ਸਾਨੂੰ ਯਾਦ ਰੱਖਣ ਗੱਲਾਂ ਭਾਈ ਤੁਸੀਂ ਬਹੁਤ ਬਰੀਕ ਕਰਦੇ ਹੋ ਸਹੀ ਕੰਮ ਹੋ ਜ਼ਿੰਦਗੀ ਦੇ ਹਾਲਾਤ ਸਿਰ ਸਿਖਾ ਦਿੰਦੀਆਂ ਇਹ ਗੱਲਾਂ ਹਮ ਮਤਲਬ ਆਪਾਂ ਕਹਿੰਦੇ ਨੇ ਆ ਬੰਦੇ ਨੂੰ ਅਗਲ ਹੁੰਦੀ ਹੈ 25 ਸਾਲ ਤੋਂ ਬਾਅਦ 30 ਸਾਲ ਤੋਂ ਬਾਅਦ ਪਰ ਮੈਂ ਕਹਿੰਦਾ ਜਦੋਂ ਸਰ ਉਹ ਮਾਲਕ ਨਹੀਂ ਨਾ ਇੱਕ ਮਕਸਦ ਆਸਤੇ ਪੇਜਿਆ ਹਰੇਕ ਨੂੰ ਇੱਥੇ ਜੇ ਮੈਨੂੰ ਇੰਨੀ ਛੋਟੀ ਉਮਰ 'ਚ ਮਿਹਨਤ ਮਿਹਨਤ ਕਰ ਰਿਹਾ ਮੈਂ ਕੱਲਾ ਨਹੀਂ ਕਰ ਰਿਹਾ ਬੜੇ ਹੋਰ ਨੌਜਵਾਨ ਨੇ ਹਾਂ ਹੈ ਨਾ ਮੈਂ ਜਸਤ ਇਹ ਇੱਕ ਇੱਕ ਐਗਜ਼ਾਮਪਲ ਸ਼ੇਅਰ ਕਰ ਰਿਹਾ ਖੁਦ ਨੂੰ ਲੈ ਕੇ ਇਹ ਕੋਈ ਮਾਣ ਵਾਲੀ ਗੱਲ ਨਹੀਂ ਮੈਂ ਕਹਿ ਰਿਹਾ ਮੈਂ ਐਗਜ਼ਾਮਪਲ ਸ਼ੇਅਰ ਕਰ ਰਿਹਾ ਕਿ ਤੁਹਾਨੂੰ ਸਿੱਖਣ ਨੂੰ ਮਿਲੀ ਯੂਥ ਨੂੰ ਹੂੰ ਹੂੰ ਆਪਾਂ ਕਈ ਵਾਰੀ ਉਹ ਕਹ ਦਿੰਦੇ ਨੇ ਕਿ ਯਾਰ ਆਪਣੇ ਉਹ ਆਪਣੀ ਤਰੀਫ ਕਰਦੇ ਆ ਬਟ ਇਹ ਚੀਜ਼ ਹੋਣੀ ਚਾਹੀਦੀ ਹੈ ਮੈਨੂੰ ਲੱਗਦਾ ਅਗਲੇ ਨੀਅਰ ਮਿਹਨਤੋਗਰੇ ਵੀ ਹੋਣੇ ਚਾਹੀਦੇ ਹੋ ਅਗਲੇ ਨੇ ਮਿਹਨਤ ਕੀਤੀ ਹੈ ਹੂੰ ਤਾਂ ਆਪਾਂ ਬੋਲਦਾ ਤਾਂ ਬੋਲਦਾ ਹੂੰ ਆਪਾਂ ਚਾਰ ਰਿਕਾਰਡ ਦੀ ਗੱਲ ਕਰ ਲਈ ਜੀ ਤਿੰਨ ਤਿੰਨ ਦੀ ਚੌਥੀ ਦੀ ਕਰਦੇ ਚੌਥੀ ਦੀ ਸਰ ਫਿਰ ਮੈਂ ਗਿਨੀਸ ਬੁੱਕ ਦਾ ਸੋਚਿਆ ਹੂੰ ਯਾਰ ਹੁਣ ਬੋਧ ਹੋ ਗਿਆ ਇਹ ਚੀਜ਼ ਹੂੰ ਜੰਪ ਕਰਨਾ ਜੀਦਾ ਸਾਨੂੰ ਹੂੰ ਮੈਂ ਗਿਨੀਸ ਬੁੱਕ ਦਾ ਕੀਤਾ ਪਹਿਲਾਂ ਤਾਂ ਮੇਰੇ ਕੋਲ ਅਪਲਾਈ ਨਹੀਂ ਹੋਇਆ ਹੂੰ ਉਹ ਸਰ 3-4 ਮਹੀਨੇ ਮੇ ਕੋਈ ਅਪਲਾਈ ਨਹੀਂ ਹੋਇਆ ਮੈਂ ਅਪਲਾਈ ਕਰਨ ਤੇ ਬੜਾ ਟਾਈਮ ਲੱਗਦਾ ਇੱਕ ਗੱਲ ਹੋਰ ਆ ਕੋਈ ਹੈਲਪ ਨਹੀਂ ਕਰਦਾ ਅਪਲਾਈ ਕਰਨ ਵਿੱਚ ਜਿਦਾ ਕਿਦੇ ਪਹਿਲਾਂ ਜਿਹਨੂੰ ਨੌਲੇਜ ਹੈਗੀ ਆ ਇਸ ਕੰਮ ਬਾਰੇ ਉਹ ਹੈਲਪ ਨਹੀਂ ਕਰੇਗਾ ਸਰ ਤੁਹਾਡੀ ਹਾਂ ਇਹ ਵੀ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਤੁਸੀਂ ਵਰਲਡ ਰਿਕਾਰਡ ਬਣਾਓ ਜੇ ਮੈਂ ਬਣਾਇਆ ਮੈਂ ਨਹੀਂ ਚਾਹੂੰਗਾ ਤੁਸੀਂ ਬਣਾਓ ਪਰ ਮੇਰੀ ਥਿੰਕਿੰਗ ਗਿੱਦੜ ਦੀ ਨਹੀਂ ਆ ਸਰ ਜਿਹੜੇ 6-7 ਮੁੰਡਿਆਂ ਨੇ ਰਿਕਾਰਡ ਬਣਾਇਆ ਉਹਨਾਂ ਚੋਂ ਇੱਕ ਵੀ ਗੱਦੂ ਕਹਣ ਕਿ ਮੈਨੂੰ ਕੁਵਰ ਨੇ ਹੈਲਪ ਨਹੀਂ ਕੀਤੀ ਮੈਨੂੰ ਕੁਵਰ ਨੇ ਰਿਕਾਰਡ ਅਸੈਪਟ ਕਰਨ ਦੇ ਵਿੱਚ ਜਾਂ ਉਹਨੂੰ ਐਪਲਾਈ ਕਰਨ ਦੇ ਵਿੱਚ ਹੈਲਪ ਨਹੀਂ ਕੀਤੀ ਹੂੰ ਤਾਂ ਮੈਂ ਰਿਕਾਰਡ ਬਣਾਉਣੇ ਛੱਡ ਦੂੰਗਾ ਸਰ ਹੂੰ ਮੈਂ ਇਕੱਲੇ-ਇਕੱਲੇ ਦੀ ਹੈਲਪ ਕੀਤੀ ਹੈ ਹੂੰ ਤਾਂ ਉਹ ਜ਼ਿਕਰ ਵੀ ਕਰਦੇ ਆ ਸਰ ਅੱਜ ਮੇਰਾ ਤੇ ਉਦੋਂ ਸਰ ਮੈਨੂੰ ਖੁਸ਼ੀ ਵੀ ਹੁੰਦੀ ਹੈ ਯਾਰ ਹੂੰ ਚਲ ਉਹ ਰਿਕਾਰਡ ਬਾਰੇ ਜ਼ਰੂਰ ਦੱਸਿਓ ਰਿਕਾਰਡ ਕੀ ਸੀ ਉਹ ਰਿਕਾਰਡ ਸੀ ਸਰ ਉਂਗਲਾਂ ਦੇ ਉੱਤੇ ਪੁਸ਼-ਅਪ ਲਾਈ ਮੈਂ ਹੂੰ ਤਾੜੀਆਂ ਮਾਰ ਕੇ ਫੇਰ ਉਂਗਲਾਂ ਤੇ ਵਾਪਸ ਆਉਣਾ ਠੀਕ ਹੈ ਉਹ ਪਹਿਲਾ ਰਿਕਾਰਡ ਸੀ 40 ਪੁਸ਼-ਅਪ ਦਾ ਹੂੰ ਈਜੀਪਟ ਦੇ ਮੁੰਡਾ ਸੀ ਉਹਦਾ ਰਿਕਾਰਡ ਸੀ ਉਦਾ ਨਾਮ ਹੈ ਵੇਲ ਐਮਬੈਸਟਰ ਜੀ ਤੇ ਉਸ ਬਾਈ ਦਾ ਰਿਕਾਰਡ ਮੈਂ ਬ੍ਰੇਕ ਕੀਤਾ ਸੀ ਤੇ ਮੈਂ 45 ਪੁਸ਼-ਅਪ ਲਾਏ ਸੀ ਹਮ ਐਂਡ ਉਹਦੀ ਪ੍ਰੈਕਟਿਸ ਵੀ 21 ਦਿਨ ਕੀਤੀ ਸੀ ਬਸ ਇਹ 21 ਵਾਲਾ ਨੰਬਰ ਲੱਕੀ ਹੈ ਲੱਕੀ ਨਹੀਂ ਸਰ ਕਹਿ ਸਕਦਾ ਬਟ ਉਹ ਸਾਇੰਸ ਵੀ ਕਹਿੰਦੀ ਹੈ ਕਿ 21 ਦਿਨ ਤੁਸੀਂ ਕੋਈ ਕੰਮ ਰੈਗੂਲਰਲੀ ਕਰਦੇ ਹੋ ਤਾਂ ਤੁਹਾਨੂੰ ਆਦਤ ਹੋ ਜਾਂਦੀ ਹੈ ਹੋ ਜਾਂਦੀ ਹੈ ਉਹ ਕਰ ਮੈਂ ਸੁਣਿਆ ਸੀ ਕਿਤੇ ਮੈਂ ਕਿਹਾ ਜਲ ਟ੍ਰਾਈ ਕਰਕੇ ਦੇਖਦੇ ਹਾਂ ਹਮ ਮੈਂ ਟ੍ਰਾਈ ਕੀਤਾ ਤਾਂ ਸਰ ਹੋ ਗਿਆ ਫਿਰ ਇਸ ਤੋਂ ਅੱਗੇ ਚੱਲਦੇ ਆਪਾਂ 5 ਮਿੰਟ ਕੋੜ 5 ਮਿੰਟ ਕੋੜ ਪੰਜਵਾਂ ਸਰ ਮੇਰਾ ਪੰਜਵਾਂ ਰਿਕਾਰਡ ਹੋਣ ਤੋਂ ਪਹਿਨਾ ਮੇਰਾ ਲਿਮਕਾ ਦਾ ਫਿਰ ਰਿਜ਼ਲਟ ਆ ਗਿਆ ਸੀ ਹੂੰ ਉਹਨਾਂ ਕਹੇ ਕਿ ਤੁਹਾਡਾ ਰਿਕਾਰਡ ਅਸੈਪਟ ਹੋ ਚੁੱਕਿਆ ਹੂੰ ਉਹ ਰਿਜ਼ਲਟ ਆਇਆ ਸੀ ਸਰ 4 ਮਾਰਚ 2023 ਦੇ ਵਿੱਚ ਲਿਮਕਾ ਵਾਲਾ ਲਿਮਕਾ ਵਾਲਾ ਬਹੁਤ ਸਨੇਪਾਲ ਹੋਣਗੇ ਉਦੋਂ ਨੂੰ ਇਹ ਸੀ ਸਰ ਕਿ ਉਹ ਜਿਹੜੀ ਖੁਸ਼ੀ ਸੀ ਨਾ ਹੂੰ ਉਹ ਥੋੜੀ ਘਟ ਗਈ ਸੀ ਕਿਉਂਕਿ ਜਦੋਂ ਆਪਾਂ ਸ਼ੁਰੂਆਤ ਦੇ ਵਿੱਚ ਮਿਹਨਤ ਕਰਦੇ ਆ ਯਾਰ ਮਨ ਨੂੰ ਉਹ ਚੀਜ਼ ਮਿਲ ਜਣੀ ਹੈ ਉਦੋਂ ਬੜਾ ਚਾਹ ਹੁੰਦਾ ਅੰਦਰ ਹੂੰ ਪਰ ਜਿਵੇਂ ਜਿਵੇਂ ਉਹ ਚੀਜ਼ ਗੁਜ਼ਰਦੀ ਰਹਿੰਦੀ ਆ ਉਹਦਾ ਟਾਈਮ ਲੰਘਦਾ ਜਾਂਦਾ ਵਾ ਫਿਰ ਜਦੋਂ ਸਾਨੂੰ ਉਹ ਚੀਜ਼ ਮਿਲਦੀ ਆ ਨਾ ਤਾਂ ਸਾਨੂੰ ਉਹਦੀ ਖੁਸ਼ੀ ਜ਼ਾਹਿਰ ਨਹੀਂ ਕਰ ਪਾਉਂਦੇ ਫਿਰ ਆਪਾਂ ਇੰਨੀ ਨਹੀਂ ਕਰ ਪਾਉਂਦੇ ਅੜੀ ਘਟ ਜਾਂਦੀ ਆ ਉਹ ਕਹਿੰਦੇ ਨਾ ਕਿ ਅੜੀਕਾਂ ਰੀਝਾਂ ਖਾ ਜਾਂਦੀਆਂ ਤੇ ਮੈਨੂੰ ਲੱਗਦਾ ਹੈ ਕਿ ਸਰ ਲਾਈਫ ਇਦਾਂ ਹੀ ਹੋਣੀ ਚਾਹੀਦੀ ਆ ਸਾਨੂੰ ਨਾ ਖੁਆਇਸ਼ਾਂ ਨਹੀਂ ਹੋਣੀਆਂ ਚਾਹੀਦੀਆਂ ਜ਼ਿਆਦਾ ਹਮ ਜਦੋਂ ਤੁਸੀਂ ਓਵਰ ਕੌਨਫੀਡੈਂਸ ਹੁੰਦੇ ਹੋ ਜਾਂ ਓਵਰ ਐਕਸਾਈਟਿਡ ਹੁੰਦੇ ਹੋ ਨਾ ਤਾਂ ਜ਼ਿੰਦਗੀ ਤੁਹਾਨੂੰ ਹਮੇਸ਼ਾ ਥੱਲੇ ਨੂੰ ਕਰਦੀ ਆ ਫਿਰ ਉਹ ਕਹਿੰਦੇ ਨਾ ਕਿ ਅੜੀਕਾਂ ਰੀਝਾਂ ਖਾ ਜਾਂਦੀਆਂ ਜੀ ਬਹੁਤੇ ਵੱਡੇ ਦੁੱਖਾਂ ਨੂੰ ਚੀਕਾਂ ਖਾ ਜਾਂਦੀਆਂ ਬਿਲਕੁਲ ਸਰ ਬੰਦਾ ਕਿੰਨਾ ਚਿਰ ਰੋਈ ਜਾਵੇ ਆਖਰ ਚੀਕਾਂ ਦੁੱਖਾਂ ਨੂੰ ਖਾ ਜਾਂਦੀਆਂ ਫਿਰ ਬੰਦਾ ਪੱਥਰ ਹੋ ਜਾਂਦਾ ਤਾਂ ਮੈਂ ਕਹਿੰਦਾ ਕਿ ਅੜੀਕ ਸੱਚੀ ਰੀ ਖਾ ਜਾਂਦੀ ਹੈ ਤੁਸੀਂ ਕਹਿੰਦੇ ਕਿ ਉਹਨਾਂ ਚਾ ਨਹੀਂ ਹੋਇਆ ਹਾਲਾਂਕਿ ਰਿਕਾਰਡ ਤਾਂ ਉਹ ਵੀ ਵੱਡਾ ਸੀ ਜੀ ਇਸ ਤੋਂ ਅੱਗੇ ਬਾਈ ਖਾਣੀ ਲਓ ਤੁਸੀਂ ਇਸ ਤੋਂ ਅੱਗੇ ਵੀਰੇ ਆਪਾਂ 6 ਵਾਰ ਰਿਕਾਰਡ ਚਲਦੇ ਹਾਂ ਹੂੰ ਤੇ ਉਹ ਵੀ ਸਰ ਮੈਂ ਸੋਚਿਆ ਕਿ ਹੁਣ ਆਪਾਂ ਨਾ ਚੇਂਜ ਕਰਦੇ ਹਾਂ ਰਿਕਾਰਡ ਕਿ ਪਹਿਲਾਂ ਮੈਂ ਪੁਸ਼-ਅਪ ਦੇ ਇਹ ਰਿਕਾਰਡ ਬਣਾਏ ਆਏ ਨੇ ਹਾਂ ਹੁਣ ਕਿਉਂ ਨਾ ਚੇਂਜ ਕਰੀਏ ਪਰ ਮੈਂ ਜਨੈਰੀ ਆ ਵੀ ਸਰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਆ ਨਾ ਮੈਂ ਉਹ ਰਿਕਾਰਡ ਕਰ ਹੀ ਨਹੀਂ ਪਾਇਆ ਹੂੰ ਮੈਨੂੰ ਫਿਰ ਇੱਥੇ ਇਹ ਵੀ ਲੱਗਦਾ ਹੈ ਕਿ ਸ਼ਾਇਦ ਮੈਂ ਰਿਕਾਰਡ ਹੀ ਡੰਡਾ ਦੇ ਬਣਾਉਣੇ ਆ ਬਸ ਕਿਉਂਕਿ ਉਹ ਮਕਸਦ ਮੈਨੂੰ ਲੱਗਦਾ ਜਿਵੇਂ ਉਸ ਮਾਲਕ ਨੇ ਲਿਖਿਆ ਹੂੰ ਕਿ ਮੈਂ ਹੋਰ ਰਿਕਾਰਡ ਬਣਾ ਨਹੀਂ ਸਕਦਾ ਮੈਂ ਬੜੀ ਕੋਸ਼ਿਸ਼ ਕੀਤੀ ਸਰ ਹੂੰ ਕਿ ਮੈਂ ਹੋਰ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰਾਂ ਲਾਈਕ ਬਰਪੀਸ ਦੇ ਰਿਕਾਰਡ ਨੇ ਜੰਪਿੰਗ ਜੈਕਸ ਦੇ ਰਿਕਾਰਡ ਨੇ ਬੜੀਆਂ ਐਕਸਰਸਾਈਜ਼ਸ ਨੇ ਹੋਰ ਹੂੰ ਕੀਤੀ ਕੋਸ਼ਿਸ਼ ਪਰ ਸਰ ਗੱਲ ਨਹੀਂ ਬਣੀ ਹੂੰ ਫਿਰ ਮੈਨੂੰ ਉੱਥੇ ਲੱਗਦਾ ਹੈ ਕਿ ਯਾਰ ਨਹੀਂ ਮੈਨੂੰ ਲੱਗਦਾ ਹੈ ਕਿ ਇਹ ਰੋਡ ਮੇਰੇ ਵਾਸਤੇ ਨਹੀਂ ਹੈ ਮੇਰਾ ਟਰੈਕ ਇਹੀ ਹੈ ਹੂੰ ਉਹ ਕਹਿੰਦੇ ਬੇੜੀਆਂ ਬੇੜੀ ਹੁੰਦੀ ਹੈ ਦੋਵੇਂ ਪਾਸੇ ਲੱਤਾਂ ਫਸਾਓਗੇ ਤਾਂ ਨਹੀਂ ਗੱਲ ਬੰਨੀ ਹਾਂ ਬਿਲਕੁਲ ਇੱਕ ਗੰਭਜਾਦਾ ਬੰਦਾ ਹੂੰ ਤੇ ਫਿਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੇਰਾ ਟਰੈਕ ਇਹੀ ਹੈ ਫਰੀ ਰਿਕਾਰਡ ਕੀਤੀ ਸੀ ਇਹ ਫਰੀ ਇਹ ਸਾ ਰਿਕਾਰਡ ਸੀ ਸਾਡੇ ਲੈਜੈਂਡ ਬਰੂਸ ਲੀ ਦਾ ਹੂੰ ਹਨਾ ਉਹਨਾਂ ਨੂੰ ਸਲੂਟ ਆ ਉਹਨਾਂ ਦੀ ਮਿਹਨਤ ਨੂੰ ਉਹਨਾਂ ਦੇ ਜਜ਼ਬੇ ਨੂੰ ਕਿਉਂਕਿ ਬੜਾ ਨਾਮ ਹੈ ਉਹਨਾਂ ਦਾ ਹਮ ਅੱਜ ਵੀ ਬਿਲਕੁਲ ਉਹਨਾਂ ਦਾ ਰਿਕਾਰਡ ਸੀ ਸਰ 83 ਨਕਲ ਪੁਸ਼-ਅਪ ਦਾ ਜੀ 20 ਕਿਲੋ ਭਾਰ ਰੱਖ ਕੇ ਹਮ ਸੋਰੀ ਫਿੰਗਰ ਟਿਪ ਪੁਸ਼-ਅਪ ਦਾ ਜੀ ਤੇ ਉਹਨਾਂ ਨੇ 83 ਲਾਇਏ ਸੀ 20 ਕਿਲੋ ਭਾਰ ਰੱਖ ਕੇ ਮੈਂ ਪ੍ਰੈਕਟਿਸ ਕੀਤੀ ਐਂਡ ਉਸ ਰਿਕਾਰਡ ਦੀ ਪ੍ਰੈਕਟਿਸ ਵੀ 21 ਦਿਨ ਕੀਤੀ ਸੀ ਸਰ ਹਮ ਤੇ ਮੈਂ 86 ਲਾਇਏ ਸੀ ਸਰ ਆਹ ਕੀ ਬਾਤ ਹੈ ਮੈਂ 86 ਲਾਇਏ ਸੀ ਤੇ ਇਹ ਵੀ ਗਿਨੀਸ ਵਰਲਡ ਰਿਕਾਰਡ ਹੈ ਐਟ ਅ ਟਾਈਮ ਵੀ ਹੈਗਾ ਤੁਹਾਨੂੰ ਮਿਲ ਕੇ ਨਾ ਪੰਜਾਬੀ ਹੋਣ ਤੇ ਪਾਸੇ ਬੈਠਣ ਨੂੰ ਮਾਣ ਮਹਿਸੂਸ ਹੋਣ ਲੱਗ ਗਿਆ థాంਕ ਯੂ ਸਰ ਹੂੰ ਪਰ ਮੈਂ ਕਹਿਣਾ ਚਾਹਾਂਗਾ ਸਰ ਇੱਥੇ ਕਿ ਮੈਨੂੰ ਨਾ ਜੋ ਮੈਂ ਡਿਸਰਵ ਕਰਦਾ ਸੀ ਹੂੰ ਉਸ ਲੈਵਲ ਦਾ ਸਰ ਉਹ ਨਹੀਂ ਮਿਲ ਪਾਇਆ ਮੈਨੂੰ ਹੱਲੇ ਆਪਾਂ ਚੱਲਦੇ ਆਂ ਉੱਥੇ ਵੀ ਚੱਲਦੇ ਆਂ ਕੱਲੇ-ਕੱਲੇ ਨੂੰ ਦੇੜਾਂਗੇ ਪਰ ਆਪਾਂ ਰਕਾਵਟਾਂ ਦੀ ਗੱਲ ਪੂਰੀ ਕਰਦਗੇ ਇਹ ਹੋ ਗਏ 6 ਜੀ ਆਉਣ ਦੇ ਉੱਪਰ ਲੇਟਸਟ ਜਿਹੜਾ ਮੈਂ ਭਾਲਦਾ ਰਿਹਾ ਮੈਨੂੰ ਥਿਆਇਆ ਹੀ ਨਹੀਂ ਆਪਾਂ ਮਿਲਿਆ ਮੈਂ ਤੁਹਾਨੂੰ ਕਿਹਾ ਬਾਈ ਸ਼ੇਅਰ ਰਿਕਾਰਡ ਤੁਸੀਂ ਕਰ ਨਹੀਂ ਯਾਰ ਸੱਤ ਰਿਕਾਰਡ ਜੀ ਇਹ ਵੀ ਆਉਣ ਦਿਓ ਇਹ ਸਰ ਵਰਲਡ ਰਿਕਾਰਡ ਸਰਟੀਫਿਕੇਸ਼ਨ ਏਜੰਸੀ ਆ ਲੰਡਨ ਦੀ ਬੁੱਕ ਆ ਇਹ ਵੀ ਹੂੰ ਉਹਨਾਂ ਨੇ ਪੰਜਾਬ ਦਾ ਬ੍ਰਾਂਡ ਐਂਵੈਸਟਰ ਲੌਂਚ ਕੀਤਾ ਮੈਨੂੰ ਕਿ ਤੇਰੇ ਨਾਲ ਦੇਖ ਕੇ ਸਾਡੀ ਬੁੱਕ 'ਚ ਰਿਕਾਰਡ ਆਉਣਗੇ ਹੋਰ ਆਹਾ ਤਾਂ ਉਸ ਬੁੱਕ 'ਚ ਮੈਂ ਆਪਣਾ ਰਿਕਾਰਡ ਬਣਾਇਆ ਨਕਲ ਪੁਸ਼-ਅਪ ਦਾ ਵਨ ਲੈਗ ਰੇਜ਼ ਇੱਕ ਲੱਤ ਚੁੱਕ ਕੇ ਹੂੰ ਇਹਦੇ ਵਿੱਚ ਮੈਂ 86 ਪੁਸ਼-ਅਪ ਲਾਇਆ ਗੁੱਟ ਯਾਰ ਜੀ ਇਹ ਸਰ ਸੱਤਵਾਂ ਰਿਕਾਰਡ ਸਾਡਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਣੀਪੁਰ ਜਾਂਦੇ ਨੇ ਤੇ ਇੱਕ ਮੁੰਡੇ ਦੇ ਨਾਂ ਤਿੰਨ ਰਿਕਾਰਡ ਨੇ ਨਿਰੰਜੋਏ ਨਾਮ ਬਾਈ ਦਾ ਜੀ ਹਾਂਜੀ ਸਾਨੂੰ ਖੁਸ਼ੀ ਹੈ ਕਿ ਉਹਨਾਂ ਦੇ ਘਰੇ ਗਏ ਬਿਲਕੁਲ ਸਰ ਸਾਨੂੰ ਇਸ ਗੱਲ ਦਾ ਦੁੱਖ ਨਹੀਂ ਕਿ ਉਹਨਾਂ ਦੇ ਘਰੇ ਕਿਉਂ ਗਏ ਹਾਂਜੀ ਸਾਨੂੰ ਦੁੱਖ ਇਸ ਗੱਲ ਦਾ ਹੈ ਸਾਡੇ ਘਰ ਨੂੰ ਰਾਹ ਨਹੀਂ ਜਾਂਦਾ ਚਲੋ ਸਰ ਪ੍ਰਧਾਨ ਮੰਤਰੀ ਤਾਂ ਬਹੁਤ ਦੂਰ ਦੀ ਗੱਲ ਨਹੀਂ ਅਸੀਂ ਲੋਕਤੰਤਰ ਵਿੱਚ ਬੈਠੇ ਇਹ ਗੱਲ ਪੁੱਛ ਸਕਦੇ ਹਾਂ ਕਿਉਂਕਿ ਸਰ ਅਸੀਂ ਉਹਨਾਂ ਨੂੰ ਆਪਣਾ ਹੱਕ ਦਿੱਤਾ ਵਾ ਜੀ ਅਸੀਂ ਇਹਨਾਂ ਨੂੰ ਵੋਟ ਦਿੱਤੀ ਹੈ ਬਿਲਕੁਲ ਮੈਂ ਤੁਹਾਨੂੰ ਥੋੜਾ ਰੁਕੂੰਗਾ ਮਾਫ ਕਰਨਾ ਉੱਥੇ ਗਏ ਨੌਕਰੀ ਦਿੱਤੀ ਮਨ ਕੀ ਬਾਤ ਚ ਗੱਲ ਕੀਤੀ ਪ੍ਰਧਾਨ ਮੰਤਰੀ ਸਾਹਿਬ ਜੇ ਕਿਤੇ ਵੀ ਮੇਰੀ ਗੱਲ ਕਿਸੇ ਵੀ ਸੋਰਸ ਦੇ ਥਰੂ ਤੁਹਾਡੇ ਤੱਕਰ ਜਾਂਦੀ ਹੈ ਤਾਂ ਬੜੇ ਸਤਿਕਾਰ ਨਾਲ ਪੁੱਛਣਾ ਚਾਹੂੰਗਾ ਕਿ ਪੰਜਾਬ ਦੇ ਵਿੱਚ ਵੀ ਐਦਾਂ ਦੇ ਵੱਡੇ ਰਿਕਾਰਡ ਸਾਡੇ ਇਸ ਪੰਜਾਬੀ ਦੇ ਨਾਮ ਨੇ ਇੱਕ ਗੀੜਾ ਜ਼ਰੂਰ ਮਾਰਿਓ ਤੁਹਾਡੀ ਅਡੀਕ ਰਹੂਗੀ ਮੈਂ ਕਿਸੇ ਨੂੰ ਨਾਮ ਲੈ ਕੇ ਨਹੀਂ ਕਹਿ ਰਿਹਾ ਮੈਂ ਚੇਰ ਨੂੰ ਕਹਿ ਰਿਹਾ ਮੈਂ ਅਹੁਦੇ ਨੂੰ ਕਹਿ ਰਿਹਾ ਕੋਈ ਵੀ ਇਸ ਅਹੁਦੇ ਤੇ ਬਣਦਾ ਰਹੇ ਬੈਠਦਾ ਰਹੇ ਮੁਬਾਰਕਾਂ ਪਰ ਇਦਾਂ ਦੇ ਟੈਲੈਂਟ ਨੂੰ ਸਾਂਭਣ ਦੇ ਲਈ ਅੱਖ ਜਰੂਰ ਅੱਖ ਚ ਪਾਇਆ ਕਰੋ ਮਿਲਿਆ ਕਰੋ ਖਾਸ ਕਰਕੇ ਪੱਖਪਾਤ ਨਹੀਂ ਹੋਣਾ ਚਾਹੀਦਾ ਮੈਨੂੰ ਕਿਤੇ ਨਾ ਕਿਤੇ ਇਹ ਲੱਗਿਆ ਮਾਫੀ ਚਾਹੁੰਨਾ ਮੈਂ ਕਹਿ ਦਿੰਦਾ ਅੱਗੇ ਚੱਲਦੇ ਆ ਬਾਈ ਹੁਣ ਆਪਣਿਆਂ ਦੀ ਵੀ ਗੱਲ ਕਰ ਲਈਏ ਜੀ ਪੰਜਾਬ ਸਰਕਾਰ ਕਿਸੇ ਨੇ ਬੂਹਾ ਖੜਕਾ ਕੇ ਪੁੱਛਿਆ ਕਿ ਕੋਮਰ ਘਰੇ ਆ ਮਿਲਣਾ ਸੀ ਤੈਨੂੰ ਕੋਈ ਆਇਆ ਮੈਂ ਜ਼ਰੂਰ ਗਿਆ ਸਰ ਹੂੰ ਆਉਣ ਦਿਓ ਬਾਈ ਪੂਰੀ ਕਹਾਣੀ ਪਤਾ ਲੱਗੇ ਲੋਕਾਂ ਨੂੰ ਮੈਂ ਜ਼ਰੂਰ ਗਿਆ ਸਰ ਪਿੱਛੇ ਚਲੋ ਮੈਂ ਨਾਮ ਨਹੀਂ ਲਵਾਂਗਾ ਉਹਨਾਂ ਦਾ ਹੂੰ ਮੈਨੂੰ ਸਰ ਪਹਿਲਾਂ ਮੈਂ ਦਿੱਲੀ ਸਰਕਾਰ ਦਾ ਹੂੰ ਦਿੱਲੀ ਗੁਰਦੁਆਰਾ ਕਮੇਟੀ ਦਾ ਹੂੰ ਉਹਨਾਂ ਦਾ ਸਰ ਤੈਅ ਦਿਨ ਉਹਨਾਂ ਦਾ ਧੰਨਵਾਦ ਕਰਦਾ ਹੂੰ ਮਤਲਬ ਜਿੰਨਾ ਮੈਂ ਸ਼ੁਕਰੀਆ ਦਾ ਉਹਨਾਂ ਦਾ ਕਰਾਂ ਉਹਨਾਂ ਘਟਾ ਹੂੰ ਅਤੇ ਇਸੇ ਲਈ ਸਰ ਆਪਣਾ ਜਿਹੜਾ ਅਠਵਾਂ ਰਿਕਾਰਡ ਬਣਾਉਣ ਜਾ ਰਹੇ ਆ ਉਹ ਮੈਂ ਉਹਨਾਂ ਨੂੰ ਸਮਰਪਿਤ ਕਰਨਾ ਸ਼ੁਭ ਕਾਮਨਾਵਾਂ ਬਾਈ ਕਿਉਂਕਿ ਮੈਂ ਪੰਜਾਬ ਦਾ ਜੰਪਲ ਹਾਂ ਇਸ ਗੱਲ ਤੇ ਮੈਂ ਮਾਣ ਮਹਿਸੂਸ ਕਰਦਾ ਹਾਂ ਹਮ ਪਰ ਪੰਜਾਬ ਨੂੰ ਕੀ ਮਾਣ ਮਹਿਸੂਸ ਹੁੰਦਾ ਮੇਰੇ ਤੇ ਆ ਪੰਜਾਬ ਦੇ ਉਹਨਾਂ ਲੀਡਰਾਂ ਨੂੰ ਮਾਣ ਮਹਿਸੂਸ ਹੁੰਦਾ ਮੇਰੇ ਤੇ ਹਮ ਬਿਲਕੁਲ ਉਹ ਨਿਊਜ਼ ਚੈਨਲਸ ਨੂੰ ਮਾਣ ਮਹਿਸੂਸ ਹੁੰਦਾ ਮੇਰੇ ਤੇ ਹਮ ਆਪਾਂ ਕਹ ਦਨੇ ਆ ਕਿ ਫਲਾਣੇ ਘਰ ਨਸ਼ੇ ਦੇ ਕਰਕੇ ਉਹ ਮੁੰਡੇ ਦੀ ਓਵਰਡੋਜ਼ ਕਰਕੇ ਮੌਤ ਹੋ ਗਈ ਹੈ ਮੈਂ ਸੱਤ ਰਿਪੋਰਟ ਬਣਾਇਆ ਹੂੰ ਕਿਸੇ ਨੇ ਉਹ ਹੈਡਲਾਈਨ ਨਹੀਂ ਚਲਾਈ ਹਲੇ ਤੱਕ ਸਰ ਪੁਸ਼ ਅਪ ਮੈਨ ਆਫ ਪੰਜਾਬ ਦਾ ਕਿਤਾਬ ਮਿਲਿਆ ਗੂਗਲ ਦੇ ਉੱਤੇ ਮੈਨੂੰ ਮੈਂ ਸਾਰੀ ਪ੍ਰੈਸ ਨੂੰ ਨਹੀਂ ਕਹਿੰਦਾ ਬਹੁਤੀ ਪ੍ਰੈਸ ਇਦਾਂ ਦੀ ਹੈ ਜਿਹੜੀ ਝਾੜੀਆਂ ਚ ਖਰਗੋਸ਼ ਪਾਲਦੀ ਫਿਰਦੀ ਆ ਲੈ ਕੇ ਕੈਮਰਾ ਉਹਨਾਂ ਨੂੰ ਇਦਾਂ ਦੇ ਮੁੰਡੇ ਨਹੀਂ ਦਿਸਦੇ ਕਿ ਇਹ ਬੈਠੇ ਨੇ ਇਹਨਾਂ ਨੂੰ ਵੀ ਕਵਰ ਕਰ ਲਈਏ ਜਿਵੇਂ ਤੁਸੀਂ ਕਿਹਾ ਕਿ ਹੈਡਲਾਈਨ ਨਹੀਂ ਚਲਾ ਦਿੱਤੀ ਗੱਲ ਕਿਸੇ ਦਰਬਾਰ ਤੱਕਰ ਪਹੁੰਚਾ ਦੀਏ ਇਹ ਤੁਹਾਡਾ ਸ਼ਿਕਵਾ ਜਿਹੜਾ ਪ੍ਰੈਸ ਨਾਲ ਹੈ ਇਹ ਜਾਇਜ਼ ਹੈ ਪਰ ਮੈਂ ਫਿਰ ਕਹਿੰਦਾ ਸਾਡਾ ਸਾਰੀ ਪ੍ਰੈਸ ਨਾਲ ਕੋਈ ਸ਼ਿਕਵਾ ਨਹੀਂ ਸਰ ਮੈਂ ਇਹੀ ਕਹਿੰਦਾ ਕਿ ਮੈਨੂੰ ਅੱਜ ਤੱਕ ਮੇਰੀਆਂ 200 ਦੇ ਕਰੀਬ ਇੰਟਰਵਿਊ ਹੋ ਚੁੱਕੀਆਂ ਹੂੰ ਇੱਥੇ ਮੀਡੀਆ ਦਾ ਸ਼ੁਕਰਗੁਜ਼ਾਰ ਹਾਂ ਮੈਂ ਜੀ ਬਿਲਕੁਲ ਕਿਉਂਕਿ ਜਿੰਨਾ ਉਹਨਾਂ ਦਾ ਹੱਕ ਬਣਦਾ ਸੀ ਉਹਨਾਂ ਕੀਤਾ ਪਰ ਜਿਹੜੇ ਚੈਨਲ ਨੈਸ਼ਨਲ ਲੈਵਲ ਦੇ ਆ ਯਾਰ ਮੈਂ ਗਿਨੀਜ਼ ਵਰਲਡ ਰਿਕਾਰਡ ਬਣਾਏ ਆ ਕਰਮਵੀਰ ਚੱਕਰ ਪੁਰਸਕਾਰ ਮਿਲਿਆ ਮੈਨੂੰ TEDx ਸਪੀਕਰ ਆ ਗੂਗਲ ਦੇ ਉੱਤੇ ਪੁਸ਼ ਅਪ ਮੈਨ ਆਫ ਪੰਜਾਬ ਦਾ ਕਿਤਾਬ ਆ ਯੰਗੇਸਟ ਫਿਟਨੈਸ ਆਈਕਨ ਆ ਪੰਜਾਬ ਦਾ ਸਰ ਕਟੂਗੜ ਚਲਾਉਣਾ ਤੇ ਸਹੀ ਦਾ ਨਾ ਉੱਥੇ ਆਪਾਂ ਬਾਹਰਲੀ ਸਟੇਟਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਗਿਨੀਸ ਵਰਲਡ ਰਿਕਾਰਡ ਬਣਾਏ ਆ ਉਹਨਾਂ ਦੀ ਸਰ ਹਫਤਾ ਆਪ ਤਾਂ ਨਿਊਜ਼ਾਂ ਨੈਸ਼ਨਲ ਚੈਨਲ ਤੇ ਚਲਦੀਆਂ ਰੋਕਦੀਆਂ ਨਹੀਂ ਐ ਛੋਟੇ ਵੀਰ ਨੈਸ਼ਨਲ ਨਿਊਜ਼ ਦੇ ਉੱਤੇ ਤਾਂ ਇਹ ਪੁੱਛਦੇ ਨੇ ਕਿ ਤੁਸੀਂ ਆਂਬ ਕੱਟ ਕੇ ਖਾਣੇ ਹੋ ਕਿ ਚੁੱਪ ਕੇ ਖਾਣੇ ਹੋ ਉਹ ਇਹ ਨਹੀਂ ਪੁੱਛਦੇ ਕੀ ਇਹ ਰਿਕਾਰਡ ਕਿੱਡੇ ਨੇ ਤੇ ਕਿਵੇਂ ਬਣਾਏ ਨੇ ਤੇ ਤੁਸੀਂ ਕੀ ਡਿਜ਼ਰਵ ਕਰਦੇ ਹੋ ਤੇ ਅਸੀਂ ਕੀ ਮਦਦ ਕਰੀਏ ਜੀ ਹੁਣ ਇਹ ਤੁਸੀਂ ਦੱਸ ਦਿਓ ਕਿ ਅੰਬ ਚੂਪ ਕੇ ਖਾਣੇ ਹੋ ਕਿ ਕੱਟ ਕੇ ਖਾਣੇ ਹੋ ਫਿਰ ਹੋ ਸਕਦਾ ਕੋਈ ਗੱਲ ਪੰਜੇ ਇੱਕ ਲਵ ਸਟੋਰੀਆਂ ਸ਼ੁਰੂ ਹੁੰਦੀਆਂ ਨੇ ਹੂੰ ਪਿੱਛੇ ਨੇ ਵਾਇਰਲ ਹੋਈ ਸੀ ਕਾਫੀ ਹੂੰ ਪਾਕਿਸਤਾਨ ਤੋਂ ਆਏ ਨੇ ਹੋ ਹਾਂ ਹਨਾ ਜੀ ਉਹ ਵੱਡੇ ਮਸਲੇ ਨਹੀਂ ਯਾਰ ਦੇਸ਼ ਦੇ ਮਤਲਬ ਉਹ ਇੱਕ ਚੀਜ਼ ਕਹਿੰਦੇ ਨੇ ਆਪਾਂ ਕਿ ਉਹ ਲੈਵਲ ਉਹਨਾਂ ਦੇ ਉੱਤੇ ਆ ਸਾਡੇ ਨਾਲੋਂ ਵੱਡੇ ਮਸਲੇ ਨਹੀਂ ਹਨਾ ਉਹ ਦੇਸ਼ ਦੇ ਸਾਡੇ ਨਾਲੋਂ ਲੈਵਲ ਉੱਤੇ ਆ ਫਿਰ ਹੂੰ ਬਿਲਕੁਲ ਨਹੀਂ ਬਿਲਕੁਲ ਹੈ ਬਿਲਕੁਲ ਹੈ ਮੈਂ ਕੋਈ ਗਲਤ ਕੰਮ ਕਰਾਂ ਸਰ ਅੱਜ ਗਲਤ ਕੰਮ ਕਰਾਂ ਉਹ ਵੀਡੀਓ ਵਾਇਰਲ ਹੁੰਦੀਆਂ ਮੇਰੀਆਂ ਅੱਛਾ ਤੁਸੀਂ ਕਹੇ ਦਿੱਲੀ ਸਰਕਾਰ ਦਾ ਹਾਂਜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੀ ਤੁਸੀਂ ਸ਼ੁਕਰਗੁਜ਼ਾਰ ਹੋ ਉਹਨਾਂ ਨੇ ਕੀ ਕੀਤਾ ਤੁਹਾਡੇ ਲਈ ਸਰ ਪਹਿਲਾ ਸਨਮਾਨ ਮੈਨੂੰ ਉੱਥੋਂ ਆ ਆਹਾਹਾਹਾ ਬਈ ਵਾਕੇ ਉਹਨਾਂ ਨੇ ਬੁਲਾਇਆ ਅਸੀਂ ਵੀ ਸ਼ੁਕਰਗੁਜ਼ਾਰ ਆਂ ਜੀ ਇਸ ਗੱਲ ਦੇ ਲਈ ਕਿ ਤੁਸੀਂ ਇਸ ਗੁਣ ਨੂੰ ਇਸ ਟੈਲੈਂਟ ਨੂੰ ਪਹਿਚਾਣਿਆ ਸਹੀ ਨੂੰ ਸਹੀ ਕਹਿਣ ਲੱਗੇ ਜੀਬ ਦੁਖਦੀ ਨਹੀਂ ਸਮਾਂ ਹੋਰ ਮਲਾਇਮ ਹੋ ਜਾਂਦੀ ਹੈ ਵਧੀਆ ਕੀਤਾ ਤੁਸੀਂ ਕਿ ਤੁਸੀਂ ਇਸ ਟੈਲੈਂਟ ਨੂੰ ਪਛਾਣਿਆ ਤੇ ਹੁਣ ਪੰਜਾਬ ਸਰਕਾਰ ਤੇ ਗੱਲ ਜਰੂਰ ਕਰ ਦਿਓ ਨਹੀਂ ਇਹ ਪੱਖਪਾਤ ਹੋਊਗਾ ਮੈਂ ਪਹਿਲਾਂ ਉਹਨਾਂ ਦਾ ਸਰ ਸ਼ੁਕਰਗੁਜ਼ਾਰ ਕਰਨਾ ਚਾਹੁੰਦਾ ਜੀ ਬਿਲਕੁਲ ਕਰੋ ਉੱਥੇ ਸਰ ਮਨਜੀਤ ਸਰ ਨੇ ਮਨਜੀਤ ਅਲੋਖ ਜੀ ਜੀ ਉਹ ਉੱਥੋਂ ਦੇ ਮੈਂਬਰ ਵੀ ਨੇ ਤੇ ਫਿਲਮੀ ਐਕਟਰ ਵੀ ਨੇ ਹਮ ਹਰਮੀਤ ਸਿੰਘ ਕਾਲਕਾ ਜੀ ਜਗਦੀਪ ਸਿੰਘ ਕਾਲੂ ਜੀ ਹਮ ਇਹਨਾਂ ਸਾਰਿਆਂ ਦਾ ਸਰ ਸ਼ੁਕਰਗੁਜ਼ਾਰ ਹਾਂ ਮੈਂ ਕਰਤਾਰ ਭਾਜੀ ਸਤਿੰਦਰ ਭਾਜੀ ਹਮ ਇਹਨਾਂ ਮੈਨੂੰ ਫੋਨ ਕੀਤਾ ਸਰ ਇੱਥੋਂ ਹਮ ਮੇਰੀਆਂ ਟਿਕਟਾਂ ਘੇਰੀਆਂ ਹਵਾਈ ਜਹਾਜ਼ ਦੀਆਂ ਹਮ ਮੇਰੀਆਂ ਮੇਰੇ ਪਰਵਾਹ ਦੀਆਂ ਹੂੰ ਉੱਥੇ ਬੁਲਾਇਆ ਪ੍ਰੈਸ ਕਾਨਫਰੈਂਸ ਹੋਈ ਹੂੰ ਜਿੰਨਾ ਮਾਨ ਮਸੂਦ ਸਰ ਮੈਨੂੰ ਇੱਥੇ ਪਿਛੇ 4 ਸਾਲਾਂ ਚ ਨਹੀਂ ਨਾ ਮਿਲਿਆ ਉਹ ਉੱਥੇ ਇੱਕ ਦਿਨ ਚ ਮੈਨੂੰ ਮਿਲ ਗਿਆ ਸੀ ਬਿਲਕੁਲ ਦਾ ਉਹਨਾਂ ਨੇ ਮਾਨ ਸਨਮਾਨ ਮੈਨੂੰ ਪੈਸਿਆਂ ਨਾਲ ਵੀ ਚਲੋ ਕੀਤਾ ਹੂੰ ਜੋ ਕੀਤਾ ਉਹਨਾਂ ਨੇ ਮੈਂ ਦੱਸਣਾ ਬੰਦਾ ਮੇਰਾ ਬਿਲਕੁਲ ਬੰਦਾ ਜੋ ਪਿਆਰ ਦਿੱਤਾ ਸਰ ਉਹਦਾ ਮੈਂ ਜ਼ਿਕਰ ਹੀ ਨਹੀਂ ਕਰ ਸਕਦਾ ਉਹਨਾਂ ਦਾ ਉਹ ਤਾਂ ਤੋਲੇ ਨਹੀਂ ਜਾ ਸਕਦਾ ਮਿਣੇ ਨਹੀਂ ਜਾ ਸਕਦਾ ਬਿਲਕੁਲ ਸਰ ਹੂੰ ਐਂਡ ਉਸ ਤੋਂ ਬਾਅਦ ਮੈਨੂੰ ਬੁਲਾਇਆ ਜਾਂਦਾ ਇੱਥੇ ਮੈਨੂੰ ਫੋਨ ਆਉਂਦਾ ਪਹਿਲਾਂ ਉੱਥੇ ਹੂੰ ਸਾਡੀ ਸ਼੍ਰੋਮਣੀ ਕਮੇਟੀ ਦਾ ਹੂੰ ਐਸਜੀਪੀਸੀ ਦਾ ਦਿੱਲੀ ਦਾ ਆਪਣੀ ਅੰਮ੍ਰਿਤਸਰ ਅੰਮ੍ਰਿਤਸਰ ਦਾ ਜੀ ਪੰਜਾਬ ਚ ਕਿ ਕਿ ਕੁਵਰ ਨਾਲ ਗੱਲ ਕਰਨੀ ਅਸੀਂ ਚਾਚਾ ਜੀ ਨੇ ਫੋਨ ਚੁੱਕਿਆ ਤੇ ਕਹਿੰਦੇ ਮੈਂ ਚਾਚਾ ਜੀ ਬੋਲਦਾ ਹਾਂ ਤੁਸੀਂ ਦੱਸੋ ਉਹ ਕਹਿੰਦੇ ਕਿ ਅਸੀਂ ਕੁਵਰ ਨੂੰ ਸਨਮਾਨ ਕਰਨਾ ਚਾਹੁੰਦੇ ਹਾਂ ਦੇਖਿਆ ਦਿੱਲੀ ਸਨਮਾਨ ਹੋ ਰਿਹਾ ਆਉਂਦਾ ਤਾਂ ਕਿੰਨੇ ਪੈਸੇ ਮਿਲੇ ਉਹਨੂੰ ਉਥੋਂ ਹੂੰ ਠੀਕ ਹੈ ਮੈਂ ਕੋਈ ਗੁੱਸਾ ਗਲੈਣੀ ਮੈਨੂੰ ਉਹਨਾਂ ਨਾਲ ਨਹੀਂ ਨਹੀਂ ਠੀਕ ਹੈ ਪਰ ਮੈਨੂੰ ਇਹ ਹੀ ਕਿ ਸਨਮਾਨ ਕੀਤਾ ਤੁਸੀਂ ਠੀਕ ਹੈ ਮੈਂ ਤੈਿਹ ਦੇ ਨਾਲ ਧੰਨਵਾਦ ਕਰਦਾ ਪਰ ਉਹਨਾਂ ਤੋਂ ਪਹਿਲਾਂ ਤੁਸੀਂ ਕਿਉਂ ਨਹੀਂ ਕੀਤਾ ਦੁੱਖ ਹੈ ਇਸ ਗੱਲ ਦਾ ਯਾਰ ਤੁਹਾਡੇ ਪੰਜਾਬ ਦਾ ਜੰਪਲ ਆ ਯਾਰ ਮੈਂ ਤੇ ਤੂੰ ਦੀ ਬੋਲਦੀ ਹੈ ਵਿਸ਼ਵ ਚ ਹਾਂਜੀ ਇੱਕ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਚਲੋ ਮੈਂ ਜਾਤਾਂ 'ਚ ਵਿਸ਼ਵਾਸ ਨਹੀਂ ਰੱਖਦਾ ਪਹਿਲਾ ਜਾਤ ਸਾਡੀ ਹਿਮੈਨਿਟੀ ਹੈ ਇਨਸਾਨੀਅਤ ਉਹ ਸਾਡਾ ਧਰਮ ਵੀ ਹੈ ਬਟ ਤੁਹਾਡੇ ਧਰਮ ਨੂੰ ਬਿਲੋਂਗ ਕਰਦਾ ਯਾਰ ਮੈਂ ਹਾਂ ਸਾਡਾ ਧਰਮ ਹੀ ਕਹਿੰਦਾ ਕਿ ਸਭ ਤੋਂ ਵੱਡੀ ਜਾਤ ਮਨੁੱਖਤਾ ਸਭ ਤੋਂ ਵੱਡਾ ਧਰਮ ਮਨੁੱਖਤਾ ਹਾਂਜੀ ਤੇ ਪੰਜਾਬ ਸਰਕਾਰ ਬਾਰੇ ਮੈਂ ਫੇਰ ਤੀਜੀ ਵਾਰੀ ਪੁੱਛੀ ਜੰਨਾ ਕੋਈ ਮੇਰਾ ਉਹ ਨਹੀਂ ਕਿ ਮੈਂ ਲਾ ਕੇ ਪੁੱਛਦਾ ਕੋਈ ਹੋਇਆ ਸਨਮਾਨਤਾ ਜਰੂਰ ਦੱਸਿਓ ਪੰਜਾਬ ਸਰਕਾਰ ਤੋਂ ਇਹ ਪਿਛੇ ਸਾਲ 2 ਦਿਨ ਦੇ ਪਹਿਲਾਂ ਮੈਨੂੰ ਸਰੋਪਾ ਸਾਹਿਬ ਪਾ ਕੇ ਸਨਮਾਨ ਕੀਤਾ ਸੀ ਚਲੋ ਠੀਕ ਹੈ ਜੀ ਮੰਨਿਆ ਤਾਂ ਗਿਆ ਹਣਾ ਹਾਂਜੀ ਹੁਣ ਇੱਕ ਆਪਾਂ ਡਾਊਟ ਕਲੀਅਰ ਕਰੀਏ ਸਾਰੀ ਦੁਨੀਆ ਦਾ ਪੰਜਾਬੀ ਭਰਾਵਾਂ ਦਾ ਉਹ ਕਹਿੰਦੇ ਹੋਣਗੇ ਕਿ ਕੰਬਰ ਐ ਨਹੀਂ ਬਣ ਗਿਆ ਕੁਛ ਨਾ ਕੁਛ ਕੋਚ ਹੋਣਗੇ ਘੈਂਟ ਮੁੰਡੇ ਕੋਲੇ ਜਿੰਮ ਹੋਊਗੀ ਘੈਂਟ ਮੁੰਡੇ ਕੋਲੇ ਪੂਰੀ ਘਰ ਦੇ ਲਾਉਂਦੇ ਹੋਣਗੇ ਪੂਰਾ ਪੈਸਾ ਘਰੇ ਰੱਖੇ ਹੋਣਗੇ ਟ੍ਰੇਨਰ ਇਹ ਬਈ ਫੇਰ ਬੰਦੇ ਨੇ ਵਿਸ਼ੋ ਰਿਕਾਰਡ ਆਪ ਲੇਖਾ ਕੱਢ ਦਿਓ ਮਾੜਾ ਜਾਂ ਕੋਚ ਹੈਗੇ ਨੇ ਹੂੰ ਮੇਰੀ ਜ਼ਿੰਦਗੀ ਦੇ ਪਿਛਲੇ ਸਫ਼ਰ ਮੇਰੇ ਕੋਚ ਨੇ ਹਾਂ ਟ੍ਰੇਨਰ ਨੇ ਹੂੰ ਹਾਲਾਤ ਮੇਰੇ ਕੋਚ ਨੇ ਹੂੰ ਉਹ ਹਕੀਕਤਾਂ ਜਿੰਨਾ ਚ ਮੈਂ ਲੰਘ ਕੇ ਆ ਉਹ ਮੇਰੇ ਕੋਚ ਨੇ ਉਹ ਮੇਰੇ ਟ੍ਰੇਨਰ ਨੇ ਹੂੰ ਉਹ ਮੇਰੇ ਗੁਰੂ ਨੇ ਜੋ ਮੁਸੀਬਤਾਂ ਮੇਰੇ ਤੇ ਆਈਆਂ ਜੋ ਪ੍ਰੋਬਲਮਸ ਮੈਂ ਫੇਸ ਕੀਤੀਆਂ ਉਹਨਾਂ ਨੇ ਮੈਨੂੰ ਸਿਖਾਇਆ ਵਾ ਹੂੰ ਤੇ ਮੇਰੇ ਘਰ ਦੇ ਜੋ ਮੋਹ ਪਿਆਰ ਆ ਜੋ ਉਹਨਾਂ ਦੀਆਂ ਕਹ ਲੋ ਕਿ ਤਕਲੀਫਾਂ ਨੇ ਜਿਨ੍ਹਾਂ ਚ ਉਹ ਗੁਜ਼ਰ ਰਹੀ ਹੈ ਹੂੰ ਉਹ ਮੇਰੇ ਕੋਚ ਨੇ ਹੂੰ ਮੇਰੇ ਜ਼ਿੰਦਗੀ ਦੇ ਸੁਪਨੇ ਮੇਰੇ ਕੋਚ ਨੇ ਵਾਹ ਯਾਰ ਬਾਈ ਜੋ ਮੈਂ Aim ਮਿੱਥ ਕੇ ਬੈਠਾ ਵਾਂ ਕਿ ਮੈਂ ਉੱਥੇ ਪਹੁੰਚਣਾ ਵਾਂ ਹੂੰ ਉਹ ਮੇਰੇ ਕੋਚ ਨੇ ਉਹ ਮੇਰੇ ਟ੍ਰੇਨਰ ਨੇ ਹੂੰ ਉਹਨਾਂ ਨੇ ਮੈਨੂੰ ਗਾਈਡ ਕੀਤਾ ਤੇ ਜ਼ਿੰਦਗੀ ਦੇ ਵਿੱਚ ਜਿਹੜੇ ਮੈਨੂੰ ਫਰਿਸ਼ਤੇ ਮਿਲੇ ਆ ਜਿਨ੍ਹਾਂ ਨੇ ਚਾਹੇ ਮੈਨੂੰ ਇੱਕ ਵਾਰੀ ਵੀ ਸਹਾਰਾ ਦਿੱਤਾ ਹੋਵੇ ਕਿ ਮੈਂ ਉੱਠ ਕੇ ਫਿਰ ਕੋਸ਼ਿਸ਼ ਕੀਤੀ ਹੈ ਉਹ ਸਾਰੇ ਫਰਿਸ਼ਤੇ ਮੇਰੇ ਕੋਚ ਨੇ ਆਹਾ ਉਹ ਮੀਡੀਆ ਚੈਨਲਸ ਮੇਰੇ ਕੋਚ ਨੇ ਜਿਨ੍ਹਾਂ ਨੇ ਮੈਨੂੰ ਕਿਤੇ ਨਾ ਕਿਤੇ ਮੇਰੀ ਇੰਟਰਵਿਊ ਕੀਤੀ ਹੈ ਕਿਤੇ ਨਾ ਕਿਤੇ ਮੇਰਾ ਜ਼ਿਕਰ ਕੀਤਾ ਵਾ ਅਖਬਾਰਾਂ ਦੇ ਵਿੱਚ ਚੈਨਲਾਂ ਦੇ ਵਿੱਚ ਉਹ ਸਾਰੇ ਮੇਰੇ ਕੋਚ ਨੇ ਉਹ ਸਾਰੇ ਮੇਰੇ ਟ੍ਰੇਨਰ ਨੇ ਉਹਨਾਂ ਸਾਰਿਆਂ ਦੀਆਂ ਦੁਆਵਾਂ ਮੇਰੀਆਂ ਕੋਚ ਨੇ ਸਵਾਦ ਆ ਗਿਆ ਬਾਈ ਤੁਹਾਡੇ ਨਾਲ ਗੱਲਬਾਤ ਮੈਂ ਕਰ ਰਿਹਾ ਨਾ ਮੈਂ ਜਿੰਨੇ ਵੀ ਪੋਡਕਾਸਟ ਕੀਤੇ ਆ ਸਭ ਤੋਂ ਸੋਹਣੇ ਪੌਡਕਾਸਟਾਂ ਵਿੱਚ ਮੈਂ ਇਸ ਪੌਡਕਾਸਟ ਨੂੰ ਸ਼ਾਮਲ ਕਰਦੇ ਆ ਕਿਉਂਕਿ ਇੱਕ ਸੂਚੀ ਥੋੜਾ ਦਿਲ ਬਣਾਉਂਦਾ ਹੁੰਦਾ ਜੀ ਫਿਰ ਇਹ ਤਾਂ ਦੱਸ ਦਿਓ ਕਿ ਜਿੰਮ ਹੈ ਸੀ ਤੁਹਾਡੇ ਕੋਲੇ ਥੂੜੀ ਵਾਲੇ ਅੰਦਰ ਚ ਆਹ ਇੱਟਾਂ ਸੀ ਦੋ ਚਪਾਟੇ ਲਾਉਂਦਾ ਸੀ ਉਹਦੇ ਨਾਲ ਉਹ ਸਾਡੇ ਵਰਗੇ ਕੀ ਨਲਾਕ ਕਹਿਂਦੇ ਆ ਨਾ ਕਿ ਆਪਣੇ ਕੋਲੇ ਆ ਹੈ ਨਹੀਂ ਆਪਾਂ ਇਹ ਨਹੀਂ ਕਰ ਸਕਦੇ ਤਾਂ ਕਰਕੇ ਮੈਂ ਪੁੱਛ ਰਿਹਾ ਮੈਂ ਇਹ ਕਹਿਣਾ ਚਾਹੂੰਗਾ ਯੂਰ ਪੈਸ਼ਨ ਡਸਨਟ ਨੀਡ ਬੈਨੀਫਿਟਸ ਹੂੰ ਜੇ ਤੁਹਾਡਾ ਪੈਸ਼ਨ ਆ ਜਜ਼ਬਾ ਵਿੱਚ ਕੁਝ ਕਰਕੇ ਦਿਖਾਉਣਾ ਤਾਂ ਇਹ ਮੈਟਰ ਨਹੀਂ ਕਰਦਾ ਤੁਹਾਡੇ ਕੋਲ ਬੈਨੀਫਿਟਸ ਕਿੰਨੇ ਆ ਆਪਣੇ ਆਪ ਨੂੰ ਇਹੋ ਜਿਹਾ ਬਣਾਓ ਕਿ ਬੈਨੀਫਿਫਿਟਸ ਖੁਦ ਹੋਣ ਤੁਹਾਡੇ ਕੋਲ ਬਿਲਕੁਲ ਕਿਉਂਕਿ ਆਉਂਦੇ ਆ ਸਰ ਉਹ ਮਾਲਕ ਲੈ ਕੇ ਆਉਂਦਾ ਭਰੋਸਾ ਰੱਖੋ ਆਪਣੀ ਮਿਹਨਤ ਤੇ ਖੁਦ ਤੇ ਉਸ ਵਾਹਿਗੁਰੂ ਤੇ ਜਾਂ ਜਿਸ ਵੀ ਗੁਰੂ ਨੂੰ ਤੁਸੀਂ ਮੰਨਦੇ ਹੋ ਉਹਨਾਂ ਤੇ ਭਰੋਸਾ ਰੱਖੋ ਹੁਣ ਇਹ ਕੇ ਵੀ ਦੱਸ ਦਿਓ ਕਿ ਡਾਈਟ ਵਾਲਾ ਮਸਲਾ ਕੀ ਰਿਹਾ ਕੀ ਕੁਝ ਤੁਸੀਂ ਆਰਟੀਫੀਸ਼ੀਅਲ ਖਾਧਾ ਕੀ ਕੀ ਕੁਝ ਤੁਸੀਂ ਆਰਗੈਨਿਕ ਖਾਧਾ ਇਹ ਵੀ ਭਲੇਖਾ ਹੂ ਬਹੁਤਿਆਂ ਦਾ ਡਾਈਟ ਸਰ ਮੇਰੀ ਅੱਜ ਸਵੇਰੇ ਰਾਜਮਾ ਬਣਿਆ ਸੀ ਹੂੰ ਦਹੀਂ ਸੀ ਹੂੰ ਤਿੰਨ ਫੁਲਕੇ ਸੀ ਹੂੰ ਇਹ ਮੇਰੀ ਸਵੇਰ ਦੀ ਡਾਈਟ ਹੈ ਠੀਕ ਹੈ ਇੱਥੇ ਆ ਕੇ ਮੈਂ ਕੋਈ ਵੀਤੀ ਤੁਹਾਡੇ ਕੋਲ ਬਿਲਕੁਲ ਹੁਣ ਲੰਚ ਕਰੂੰਗਾ ਜਾਂ ਨਹੀਂ ਕਰੂੰਗਾ ਉਹ ਕੋਈ ਪੱਕਾ ਨਹੀਂ ਹੈ ਮੇਰਾ ਹੂੰ ਹਨਾ ਜੀ ਮਿਲ ਗਿਆ ਤਾਂ ਕਰ ਲਾਂਗੇ ਹੂੰ ਡਿਨਰ ਜੋ ਕਰਦੇ ਆਸਤੇ ਬਣਿਆ ਹੋਊਗਾ ਉਹ ਮੇਰੀ ਡਾਈਟ ਹੈ ਉਹੀ ਤੁਹਾਡਾ ਇਹ ਮੇਰੀ ਖਰਾਕ ਹੈ ਸਪੈਸ਼ਲ ਕੁਝ ਨਹੀਂ ਖਾਰੇ ਸਪੈਸ਼ਲ ਇਹ ਵੀ ਨਹੀਂ ਕਿ ਸਰ ਡੇਲੀ ਮੈਂ ਗਰਾਊਂਡ ਨਟਸ ਖਾਣੇ ਆ ਜਾਂ ਡੇਲੀ ਆਪਣੇ ਡਰਾਈ ਫਰੂਟ ਖਾਣੇ ਆ ਹੂੰ ਜਦੋਂ ਕਿ ਤਾਂ ਜੋ ਮਿਲ ਗਿਆ ਚਾਹੇ ਪਕੌੜੇ ਆ ਚਾਹੇ ਉਹ ਮਤਲਬ ਕੋਈ ਵੀ ਚੀਜ਼ਾਂ ਨੇ ਹੂੰ ਉਹ ਡਾਈਟ ਆ ਸਾਰਾ ਆਪਣੀ ਕੋਈ ਡੇਲੀ ਫਿਕਸ ਡਾਈਟ ਨਹੀਂ ਆ ਸਰ ਮੇਰੀ ਅੱਜ ਸੋਸ਼ਲ ਮੀਡੀਆ ਤੇ ਮੈਨੂੰ ਯੂਥ ਸਪੋਰਟ ਕਰਦਾ ਕਾਫੀ ਹੂੰ ਲੱਖਾਂ ਦੇ ਵਿੱਚ ਚਲੋ ਹੈਗੇ ਆ ਮੇਰੇ ਉਹ ਆਪਾਂ ਜਿਨ੍ਹਾਂ ਨੂੰ ਫੋਲੋਇੰਗ ਕਹਿੰਦੇ ਨੇ ਆਪਾਂ ਹਾਂ ਪ੍ਰੋਮੋਸ਼ਨਾਂ ਹੁੰਦੀਆਂ ਨੇ ਸਰ ਮੇਰੇ ਕੋ ਹੂੰ ਕਿ ਤੁਸੀਂ ਸਾਰੇ ਜਾਣਦੇ ਆਪਾਂ ਸਰ ਕਿ ਐਡਾ ਹੁੰਦੀਆਂ ਨੇ ਸਾਡੀ ਕੋ ਮਸ਼ਹੂਰੀਆਂ ਹੁੰਦੀਆਂ ਨੇ ਪੈਸੇ ਮਿਲਦੇ ਨੇ ਉਹਦੇ ਹੂੰ ਮੈਨੂੰ ਕਿਉਂ ਸਰ ਮਸ਼ਹੂਰੀਆਂ ਹੁੰਦੀਆਂ ਨੇ ਆਨਲਾਈਨ ਐਪ ਜਿਹੜੇ ਹੁੰਦੇ ਹੈਗੀ ਰਮੀ ਗੇਮਸ ਖੇਡੋ ਪੈਸੇ ਕਮਾਓ ਪ੍ਰੋਟੀਨ ਸਪਲੀਮੈਂਟ ਦੀਆਂ ਐਡਾਂ ਹੁੰਦੀਆਂ ਨੇ ਸਟੀਰੋਇਡ ਦੀਆਂ ਐਡਾਂ ਹੁੰਦੀਆਂ ਨੇ ਕਰਦੇ ਹੋ ਹਾਂਜੀ ਫਿਰ ਕੁਝ ਗਾਣੇ ਹੁੰਦੇ ਆ ਉਹਨਾਂ ਦੀਆਂ ਐਡਾਂ ਹੁੰਦੀਆਂ ਨੇ ਕਿ ਗਾਣਾ ਲਾ ਕੇ ਰੀਲ ਬਣਾ ਦਿਓ ਤੇ ਸਰੀਰ ਤੋਂ ਉਹ ਆਪਾਂ ਸਪਰੇਅ ਕਰਦੇ ਆ ਵਾਲ ਲਾਉਣ ਵਾਲੀ ਉਹਨਾਂ ਦੀਆਂ ਐਡਾਂ ਹੁੰਦੀਆਂ ਨੇ ਇੱਕ ਸਰ ਇਹਨਾਂ ਚੋਂ ਐਡ ਦਾ ਮੈਂ ਜ਼ਿਕਰ ਕਰੂੰਗਾ ਉਹ 6 ਮਹੀਨੇ ਦਾ 10 ਲੱਖ ਰੁਪਏ ਦਿੰਦੇ ਸੀ ਮੈਨੂੰ ਹਮ ਇੱਕ ਵਧੀਆ ਬ੍ਰਾਂਡ ਸੀ ਪ੍ਰੋਟੀਨ ਸਪਲੀਮੈਂਟ ਅੱਛਾ ਬਟ ਜਦੋਂ ਮੈਂ ਸਰ ਯੂਜ਼ ਨਹੀਂ ਕੀਤੀ ਉਹ ਚੀਜ਼ ਹਮ ਤਾਂ ਮੈਂ ਕਿਵੇਂ ਉਹ ਪ੍ਰਮੋਟ ਕਰਦਾ ਕਿ ਤੇ ਇਹ ਨਾ ਹੋਵੇ ਅੱਜ ਤੁਸੀਂ ਕਹੀ ਜਾਨੇ ਕੱਲ ਨੂੰ ਤੁਸੀਂ ਇਹ ਐਡ ਕਰ ਦਿਓ ਮੈਂ ਫੋਨ ਲਾ ਲੈਣਾ ਤੁਹਾਨੂੰ ਮੈਨੂੰ ਪਹਿਲਾਂ ਵੀ ਸਰ ਇਹ ਸਵਾਲ ਕੀਤਾ ਸੀ ਕਿ ਤੁਹਾਡੇ ਕੋਲ 5 ਲੱਖ ਰੁਪਏ ਦੀ ਐਡ ਆਉਂਦੀ ਹੈ ਕਿ ਤੁਸੀਂ ਇੱਕ ਸ਼ਰਾਬ ਦੀ ਬੋਤਲ ਨੂੰ ਪ੍ਰਮੋਟ ਕਰਨਾ ਹੈ ਇਹੀ ਮੈਂ ਕਹਿੰਦਾ ਮੈਂ ਇੱਥੇ ਹੀ ਕਹੂੰਗਾ ਇੱਕ ਦੋ ਦਾ ਨਾਲ ਸਰ ਟਾਈਮ ਦੱਸੇਗਾ ਮੈਂ ਇੱਥੇ ਇਹ ਗਾਉਂਗਾ ਕਿ ਇਹ ਕਦੇ ਹੋਏਗਾ ਹੀ ਨਹੀਂ। ਕੀ ਬਾਤ ਆ ਬਈ। ਜੇ ਗਾਣੇ ਵੀ ਪ੍ਰਮੋਟ ਮੈਨੂੰ ਆਉਂਦੇ ਆ ਕਿ ਗਾਣੇ ਲਾ ਕੇ ਸਾਡੀ ਰੀਲ ਬਣਾ ਦੋ। ਜੇ ਗਾਣਾ ਟੋੜਾ ਸਹੀ ਆ। ਕੁਝ ਗਲਤ ਸ਼ਬਦਾਵਲੀ ਨਹੀਂ ਆ ਵਿੱਚ ਨਸ਼ੇ ਨੂੰ ਪ੍ਰਮੋਟ ਨਹੀਂ ਕਰ ਰਿਹਾ, ਗੈਂਗਸਟਰ ਨੂੰ ਪ੍ਰਮੋਟ ਨਹੀਂ ਕਰ ਰਿਹਾ ਤਾਂ ਮੈਂ ਗਾਣਾ ਇਦਾਂ ਇਦਾਂ ਹੀ ਲਾਉਂਗਾ। ਹੂੰ। ਬਿਨਾ ਕਿਸੇ ਪ੍ਰੋਮੋਸ਼ਨ ਤੋਂ ਬਿਨਾ ਕਿਸੇ ਪੈਸੇ ਤੋਂ ਕਿਉਂਕਿ ਯਾਰ ਤੁਸੀਂ ਮਿਹਨਤ ਕੀਤੀ ਹੈ ਗਾਣਾ ਲਿਖਿਆ ਵਧੀਆ ਲਿਖਿਆ ਜਿਹੜਾ ਜਿਨੇ ਲਿਰਿਕਸ ਲਿਖੇ ਨੇ ਗਾਣੇ ਦੇ ਬਹੁਤ ਵਧੀਆ ਗਾਣੇ ਲਿਖਿਆ ਉਹਨੇ ਜਿਨੇ ਗਾਣਾ ਗਾਇਆ ਉਹਨੇ ਵਧੀਆ ਗਾਣਾ ਗਾਇਆ ਵਾ ਤਾਂ ਮੈਂ ਕਿਉਂ ਨਹੀਂ ਸਪੋਰਟ ਕਰੂੰਗਾ ਤੁਸੀਂ ਮਿਹਨਤ ਕੀਤੀ ਹੈ ਹਰ ਇੱਕ ਸਿੰਗਰ ਸਰ ਮਿਹਨਤ ਕਰਦਾ ਪਰ ਜਦੋਂ ਤੁਹਾਡੇ ਗਾਣੇ ਦੇ ਵਿੱਚ ਗਲਤ ਸ਼ਬਦਾਵਲੀ ਆ ਫਿਰ ਚਾਹੇ ਤੁਸੀਂ ਮੈਨੂੰ 10000 ਦੇ ਦਿਓ 20000 ਦੇ ਦਿਓ ਮੈਂ ਕਿਵੇਂ ਪ੍ਰਮੋਟ ਕਰ ਸਕਦਾ ਸਲਾਮ ਬਾਈ ਤੁਹਾਨੂੰ ਹਾਂ ਬਾਈ ਜੇ ਤੁਹਾਡੇ ਗਾਣੇ ਦੇ ਲਿਰਿਕਸ ਚੰਗੇ ਆ ਗਾਣੇ ਦੇ ਬੋਲ ਚੰਗੇ ਆ ਤਾਂ ਮੈਂ ਪ੍ਰਮੋਟ ਕਰੂੰਗਾ ਇੱ ਖੁਸ਼ੀ-ਖੁਸ਼ੀ ਪ੍ਰਮੋਟ ਕਰੂੰਗਾ ਸਰ اچھا ਪਰ ਆਪਾਂ ਇਹ ਵੀ ਦੱਸ ਦਈਏ ਕਿ ਤੁਸੀਂ ਹੁਣ ਇੱਕ ਗੀਤ ਵਿੱਚ ਫੀਚਰ ਵੀ ਕੀਤਾ ਹੈ ਜੀ ਆ ਰਹੇ ਹਾਂ ਬਿਲਕੁਲ ਸਰ ਥੋੜਾ ਜਿਹਾ ਆਪਾਂ ਜ਼ਿਆਦਾ ਨਹੀਂ ਉਹਨੂੰ ਡਿਸਕਲੋਜ਼ ਕਰ ਸਕਦੇ ਮੈਂ ਸਮਝਦਾ ਇਹਨਾਂ ਗੱਲਾਂ ਨੂੰ ਪਰ ਥੋੜਾ ਜਿਹਾ ਕਿਹਦਾ ਗੀਤ ਹੈ ਕਦੋਂ ਆ ਰਿਹਾ ਮੈਂ ਪਹਿਲਾਂ ਸਰ ਧੰਨਵਾਦ ਕਰੂੰਗਾ ਕੈਂਬੀ ਵੀਰੇ ਦਾ ਹੂੰ ਉਹ ਮਤਲਬ ਥੋੜਾ ਇਮੋਸ਼ਨਲ ਜਿਹਾ ਨਹੀਂ ਹੋਣਾ ਚਾਹੁੰਦਾ ਬਾਈ ਮੈਂ ਬਟ ਫੀਲਿੰਗ ਸਮਝਿਓ ਦਿਲੋਂ ਕਹਿ ਰਹੇ ਹਾਂ ਤੁਹਾਨੂੰ ਹੂੰ ਕਿ ਇੱਕ ਵੱਡਾ ਪ੍ਰਾ ਸਮਝ ਕੇ ਤੁਸੀਂ ਮੇਰੇ ਨਾਲ ਮਤਲਬ ਮੈਂ ਤੋੜਨਾ ਡੀਲ ਕੀਤਾ ਵਾ ਇਸ ਗਾਣੇ ਦੇ ਵਿੱਚ ਆਪਾਂ ਕੰਮ ਕੀਤਾ ਇਕੱਠਿਆਂ ਨੇ ਉਹ ਫੀਲਿੰਗ ਆਈ ਹੈ ਮੈਨੂੰ ਕਿ ਸਰ ਆਪਣੀ ਦੋਵਾਂ ਦੀ ਥਿੰਕਿੰਗ ਮਿਲਦੀ ਹੈ ਹੂੰ ਕਿੰਬੀ ਵੀਰੇ ਤੁਹਾਡੀ ਤੇ ਮੇਰੀ ਮੈਂ ਦਿਲੋਂ ਕਹਿ ਰਿਹਾ ਸਰ ਮੈਨੂੰ ਸਰ ਪਹਿਲਾਂ ਵੀ ਆਫਰ ਆਈ ਸੀ ਗਾਣੇ ਦੇ ਵਿੱਚ ਪਾਣੀ ਲਵਾਂ ਥੋੜਾ ਜਿਹਾ ਹਾਂਜੀ ਪਾਣੀ ਲੈਂਦੇ ਚੱਲੋ ਆਪਾਂ ਗਾਣਾ ਪਹਿਲਾਂ ਵੀ ਸਰ ਆਫਰ ਆਈ ਸੀ ਮੈਨੂੰ ਗਾਣੇ ਦੇ ਹੂੰ ਮੈਨੂੰ ਬੁਲਾਇਆ ਗਿਆ ਜਲੰਧਰ ਸ਼ੂਟ ਸੀ ਮੇਰਾ ਪਹਿਲਾ ਗਾਣੇ ਦਾ ਹੂੰ ਉਦੋਂ ਸਰ ਮੈਂ ਦੋ ਰਿਕਾਰਡ ਬਣਾ ਲਏ ਸੀ ਹੂੰ ਤੇ ਮੈਨੂੰ ਪਿੱਛੇ ਕੋਨੇ 'ਚ ਖੜਾ ਕਰਤਾ ਸੀ ਹੂੰ ਕਿ ਸ਼ੂਟਾ ਦੇ ਉੱਥੇ ਖੜਾ ਹੋਣਾ ਤੁਸੀਂ ਗਰੁੱਪ ਆ ਉਥੇ ਪੰਜ ਛੇ ਮੁੰਡਿਆਂ ਦਾ ਉਹਨਾਂ ਦੇ ਤੁਸੀਂ ਖਲੋਣਾ ਵਾ ਹੂੰ ਤਾਂ ਹੀ ਤੁਹਾਡਾ ਰੋਲ ਹੈ emotional emotional ਹੋਣਾ ਜਿਉਂਦੇ ਹੋਣ ਦੀ ਨਿਸ਼ਾਨੀ ਹੁੰਦੀ ਹੈ ਬਿਲਕੁਲ ਬਈ ਬਿਲਕੁਲ ਮੈਂ ਉਥੇ ਖਲੋਤਾ ਉਸ ਗਾਣੇ ਦੇ ਵਿੱਚ ਮੇਰਾ ਚਲੋ ਉਹ ਗਾਣਾ ਨਹੀਂ ਰਿਲੀਜ਼ ਹੋਇਆ ਵਧੀਆ ਸਿੰਗਰ ਦਾ ਸੀ ਨਾਮਵਰ ਸਿੰਗਰ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਜ਼ਿਕਰ ਕਰੂੰਗਾ ਅੱਗੇ ਜਾ ਕੇ ਸਰ ਠੀਕ ਹੈ ਕਿਉਂਕਿ ਉਥੇ ਸਿੰਗਰ ਦਾ ਕੋਈ ਰੋਲਾ ਨਹੀਂ ਆ ਕੋਈ ਉਹਨਾਂ ਦੀ ਕੋਈ ਗਲਤੀ ਥੋੜਾ ਉਹ ਤਾਂ ਡਾਇਰੈਕਟਰ ਦੀ ਉਥੇ ਮੈਂ ਕਹੂੰਗਾ ਥੋੜੀ ਹੈਗੀ ਸੀ ਬਟ ਫਿਰ ਵੀ ਕੋਈ ਰੋਲਾ ਨਹੀਂ ਮੈਨੂੰ ਸਿੱਖਣ ਨੂੰ ਮਿਲਿਆ ਉਥੋਂ ਹੂੰ ਦੂਸਰੇ ਗਾਣੇ ਦੇ ਸਰ ਆਪਣੇ ਇਲਾਕੇ 'ਚ ਸ਼ੂਟ ਹੋਇਆ ਗਾਣਾ ਹੂੰ ਮਤਲਬ ਇੱਕ ਲਾਸਟ ਤੇ ਜਸਟ 22 ਦੇ ਨਾਲ ਖਲੋਣਾ ਸੀ ਮੈਂ ਹੂੰ ਤਾਂ ਉਹ ਮੇਰਾ ਸ਼ੂਟ ਸੀ ਉੱਥੇ ਕੀ ਬਾਤ ਹੈ ਸ਼ਾਇਦ 1 2 ਸੈਕਿੰਡ ਦਾ ਹੋਊਗਾ ਹੂੰ ਬਸ ਇੱਕ ਨੂੰ ਮਿਲਿਆ ਸਰ ਮੈਨੂੰ ਜੀ ਪਰ 22 ਨੇ ਸਰ ਮੈਂ ਕਹੂੰਗਾ ਕੋਈ ਸਿੰਗਰ ਇਹ ਨਹੀਂ ਕਹਿੰਦਾ ਕਿ ਮੇਰਾ ਗਾਣਾ ਹੋਵੇ ਹੂੰ ਤੇ ਵਿੱਚ ਲੀਡ ਰੋਲ ਕੋਈ ਹੋਰ ਹੋਵੇ ਹੂੰ ਨਹੀਂ ਚਾਹੁੰਦਾ ਨਹੀਂ ਚਾਹੁੰਦਾ ਸਰ ਹੂੰ ਪਰ ਕੈਂਬੀ ਬਾਈ ਨੇ ਸਰ ਕੀਤਾ ਹੈ ਬਿਲਕੁਲ ਕੀਤਾ ਹੈ ਹੂੰ ਕੈਂਬੀ ਬਾਈ ਨੇ ਸਰ ਇਹ ਕੀਤਾ ਕਿ ਨਵਾਂ ਤਜਰਬਾ ਲੈ ਕੇ ਆ ਰਹੇ ਨੇ ਉਹ ਬਹੁਤ ਵੱਡਾ ਕੀਤਾ ਉਹ ਹਾਂਜੀ ਹੂੰ ਮਤਲਬ ਬਾਈ ਮੈਨੂੰ ਖੁਦ ਕਹਿੰਦੇ ਆ ਕਿ ਮਤਲਬ ਵਧੀਆ ਤਰੀਕੇ ਦੇ ਨਾਲ ਚੱਲਦਾ ਤੂੰ ਤੇਰੀ ਥਿੰਕਿੰਗ ਵਧੀਆ ਵਾ ਬਾਕੀਆਂ ਨਾਲ ਹੂੰ ਤੇ ਮੈਂ ਕਹੂੰਗਾ ਸਰ ਤੁਹਾਡੀ ਥਿੰਕਿੰਗ ਵੀ ਮੈਂ ਕਹੂੰਗਾ ਸਰ ਉਹਨਾਂ ਨੇ ਗੈਪ ਪਾਤਾ ਸੀ ਆਪਣੀ ਕੈਰੀਅਰ ਦੇ ਵਿੱਚ ਬਿਲਕੁਲ ਪਾਇਆ ਹੈ ਨਾ ਕੈਂਬੀ ਬਾਈ ਨੇ ਗੈਪ ਪਾਤਾ ਹੂੰ ਉਸ ਗੈਪ ਦੇ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਮੈਂ ਫਿਰ ਤੋਂ ਮਸ਼ਹੂਰ ਹੋਵਾਂ ਹੂੰ ਆਪਾਂ ਕਈ ਤਰ੍ਹਾਂ ਦੇ ਗਲਤ ਟੋਟਕੀਏ ਬਣਾਉਨੇ ਆ ਹੂੰ ਕਿਸੇ ਨਾਲ ਕੌਂਟਰੋਵਰਸੀ ਕਰ ਲੈਣੇ ਆ ਹਾਂ ਕੋਈ ਗਲਤ ਚੀਜ਼ ਆਪਾਂ ਵੀਡੀਓ ਤੇ ਵਾਇਰਲ ਕਰ ਦਿੰਨੇ ਆ ਆਪਣੀ ਤੇ ਤਾਂ ਕਿ ਸਾਨੂੰ ਲਾਈਕਸ ਫੋਲੋਅਰਸ ਮਿਲ ਜਾਣ ਪਰ ਕੈਂਬੀ ਬਾਈ ਦਾ ਮੈਂ ਕਿਹਾ ਨਾ ਸਬਰ ਆ ਹੂੰ ਕਿ ਬਾਈ ਕਹਿੰਦਾ ਹੈ ਕਿ ਜੇ ਮੈਂ ਵਾਪਸੀ ਕਰਨੀ ਆ ਕਮਬੈਕ ਕਰਨਾ ਵਾ ਤਾਂ ਸਰ ਮੈਂ ਵਧੀਆ ਤਰੀਕੇ ਦੇ ਨਾਲ ਕਰਨਾ ਵਾਂ ਆਪਣੀ ਮਿਹਨਤ ਦੇ ਨਾਲ ਕਰਨਾ ਵਾਂ ਹੂੰ ਕਿਸੇ ਦੇ ਗਲਤ ਤਰੀਕੇ ਦੇ ਨਾਲ ਜਾਂ ਕਿਸੇ ਦੇ ਸਿਰ ਤੇ ਕਮਬੈਕ ਨਹੀਂ ਕਰਨਾ ਬਾਈ ਦੀ ਇਸੇ ਇਹ ਥਿੰਕਿੰਗ ਆ ਹੂੰ ਤਾਂ ਸਰ ਉਹ ਆ ਵੀ ਆ ਵੀ ਰਿਹਾ ਇਦਾਂ ਕਮਬੈਕ ਆਪਣਾ ਮਿਹਨਤ ਮਿਹਨਤ ਦੇ ਨਾਲ ਕਰ ਰਿਹਾ ਸਰ ਸੱਚੇ ਸੁੱਚੇ ਹੋਗੇ ਉਹ ਮਿਹਨਤ ਕਰ ਰਿਹਾ ਤਾਂ ਤਾਂ ਕਮਬੈਕ ਕਰਨ ਜਾ ਰਹੇ ਆ ਤਾਂ ਕਰਨਗੇ ਜ਼ਰੂਰ ਮੈਂ ਸ਼ੋਰ ਕਿਨਾਂ ਬਾਈ ਕਿ ਇਹ ਗਾਣੇ ਦੇ ਨਾਲ ਆਪਣਾ ਕਮਬੈਕ ਜ਼ਰੂਰ ਹੋਊਗਾ ਕਿਉਂਕਿ ਤੁਸੀਂ ਕਹਿੰਦੇ ਹੋ ਨਾ ਚੰਗੇ ਦਿਨ ਬਸ ਦਿਨਾਂ ਦੀ ਓਖੇੜੇ ਆਪਾਂ ਲੈ ਆਉਣੇ ਬਾਹ ਫੜ ਕੇ ਆਪਾਂ ਲਿਆਵਾਂਗੇ ਬਾਈ ਬਿਲਕੁਲ ਆਵਾਂਗੇ ਲੋ ਬਾਈ ਹੁਣ ਮੈਂ ਨਾ ਅਧੂਰੀਆਂ ਹੀਆਂ ਗੱਲਾਂ ਛੱਡੂਗਾ ਤੁਸੀਂ ਉਹਨੂੰ ਆਪਣੇ ਹਿਸਾਬ ਨਾਲ ਪੂਰੀਆਂ ਕਰਨਾ ਹੈ ਜੀ ਚਾਚਾ ਤੇ ਚਾਚੇ ਦੇ ਨਾਲ ਯਾਰੀ ਜਿੰਦਗੀ ਨਾਲੋਂ ਵੱਧ ਪਿਆਰੀ ਹਾਂਜੀ ਚਾਚੇ ਨਾਲ ਬਹੁਤ ਯਾਰੀ ਹੈ ਬਈ ਤੁਹਾਡੀ ਬਿਲਕੁਲ ਸਹੀ ਹੈ ਕੀ ਤੁਹਾਡੇ ਨਾਲ ਆਏ ਨੇ ਅੱਜ ਹਾਂਜੀ ਤੁਸੀਂ ਅਕਸਰ ਜ਼ਿਕਰ ਕਰਦੇ ਹੋ ਮੈਂ ਅਕਸਰ ਕਹਿਣਾ ਹੁੰਦਾ ਕਿ ਚਾਚਿਆਂ ਨਾਲ ਜਿਹੜੀਆਂ ਯਾਰੀਆਂ ਹੁੰਦੀਆਂ ਨੇ ਉਹ ਜ਼ਿੰਦਗੀ ਦੇ ਵਿੱਚ ਭਰਾਵਾਂ ਵਰਗੀਆਂ ਹੁੰਦੀਆਂ ਹਾਂਜੀ ਹਰ ਦੁੱਖ ਹਰ ਸੁੱਖ ਮੈਂ ਜੇਕਰ ਇੱਥੇ ਬੈਠਾ ਅੱਜ ਬੋਲ ਰਿਹਾ ਤਾਂ ਤੁਹਾਡੀ ਤੇ ਮੇਰੀ ਇੱਕੋ ਗੱਲ ਰਲਦੀ ਹੈ ਕਿ ਮੈਨੂੰ ਸਤਿ ਸ਼੍ਰੀਕਾਲ ਕਹਿਣਾ ਬੰਦਿਆਂ ਚ ਖੜਨਾ ਬੰਦਿਆਂ ਚ ਲੈ ਕੇ ਜਾਣਾ ਗੱਲ ਪੁੱਛਣੀ ਤੇ ਗੱਲ ਦੱਸਣੀ ਮੇਰੇ ਚਾਚੇ ਨੇ ਸਿਖਾਈ ਹੈ ਤੇ ਮੈਂ ਜਦੋਂ ਤੁਹਾਡੇ ਚਾਚੇ ਨੂੰ ਦੇਖਿਆ ਤਾਂ ਮੇਰੀ ਅੱਖ ਭਰੀ ਯਾਰ ਚਾਚੇ ਕਿੱਥੇ ਕਿੱਥੇ ਨਹੀਂ ਵਗਰ ਤੁਰਦੇ ਕਿੱਥੇ ਕਿੱਥੇ ਨਹੀਂ ਨਾਲ ਤੁਰਦੇ ਬਹੁਤ ਚੰਗਾ ਲੱਗਿਆ ਬਾਈ ਦੇਖ ਕੇ ਇੱਥੇ ਮੈਂ ਸਾਰੇ ਜਿਗਰ ਜੋਗ ਕਰਨਾ ਚਾਹੁੰਗਾ ਕਿ ਮੇਰੇ ਚਾਚੇ ਦੇ ਨਾਲ ਮੇਰੇ ਮਾਮੇ ਵੀ ਬਹੁਤ ਸਾਥ ਦਿੰਦੇ ਨੇ ਕੀ ਬਾਤ ਆ ਬਾਈ ਮਤਲਬ ਇੱਕ ਚਾਚਾ ਦੇ ਮਾਮੇ ਦਾ ਰਿਸ਼ਤਾ ਹੁੰਦਾ ਜਿਹਦੇ ਨਾਲ ਤੁਸੀਂ ਫ੍ਰੈਂਡਲੀ ਹੁੰਦੀ ਹੋ ਬੁਰੀ ਖੁੱਲ ਕੇ ਗੱਲ ਕਰਦੇ ਹੋ ਜੀ ਤਾਂ ਮੇਰੇ ਮਾਮੇ ਵੀ ਸਰ ਬਹੁਤ ਸਪੋਰਟ ਕਰਦੇ ਨੇ ਮੇਰੀ ਜੀ ਉਹਨਾਂ ਨੇ ਵੀ ਕਦੀ ਮੈਨੂੰ ਇੱਕ ਪੰਜਾ ਦਾ ਚਲੋ ਮਾਮੇ ਪੰਜੇ ਦਾ ਰਿਸ਼ਤਾ ਤਾਂ ਹੁੰਦਾ ਹੀ ਹੈ ਹਮ ਪਰ ਉਹ ਵੀ ਮੈਨੂੰ ਆਪਣੇ ਪੁੱਤਾਂ ਕੋ ਸਮਝਦੇ ਆ ਜੀ ਹਾਲਾਂਕਿ ਉਹਨਾਂ ਦੀ ਔਲਾਦ ਵੀ ਹੈਗੀ ਆ ਉਹਨਾਂ ਦੇ ਬੇਟੇ ਬੇਟੀ ਵੀ ਹੈਗੇ ਆ ਹਮ ਪਰ ਉਹ ਮੈਨੂੰ ਉਹਨਾਂ ਤੋਂ ਪਹਿਲਾਂ ਗਿੰਦੇ ਨੇ ਹਮ ਕਿਤੇ ਨਾ ਕਿਤੇ ਉਹਨਾਂ ਨੂੰ ਫਕਰ ਵੀ ਮਹਿਸੂਸ ਹੁੰਦਾ ਹਮ ਇਹ ਸਾਡਾ ਪੰਜਾ ਵੀ ਮਿਹਨਤ ਕਰ ਰਿਹਾ ਨਾ ਕਾਕ ਮਾਰਿਆ ਵਾ ਹੂੰ ਖੁਸ਼ੀ ਜ਼ਾਹਿਰ ਕਰਦੇ ਨੇ ਹੂੰ ਸੇਮ ਗੱਲ ਚਾਚੇ ਦੀ ਕਰਾਂ ਤਾਂ ਚਾਚਾ ਵੀ ਖੁਸ਼ੀ ਜ਼ਾਹਿਰ ਕਰਦੇ ਨੇ ਆਪਣੇ ਬੇਟੇ ਤੋਂ ਪਹਿਲਾਂ ਮੇਰਾ ਜ਼ਿਕਰ ਕਰਦੇ ਨੇ ਹੂੰ ਕਿ ਸਾਡਾ ਬੇਟਾ ਵਾ ਕੋਵਰ ਚਾਚਿਆਂ ਦਾ ਝੜਕਿਆ ਚਾਚਿਆਂ ਦੇ ਮਾਰੇ ਲੱਪੜ ਪੀੜ ਨਹੀਂ ਲਾਉਂਦੇ ਸਵਾਦ ਦਿੰਦੇ ਨੇ ਬਿਲਕੁਲ ਸਰ ਮੈਂ ਕਹੂੰਗਾ ਹੁਣ ਮੈਂ ਗਲਤ ਸੰਗਤ ਤੋਂ ਬਚਿਆ ਨਾ ਤੇ ਉਹ ਚਾਚੇ ਦੀ ਮਿਹਰਬਾਨੀ ਹੈ ਬਿਲਕੁਲ ਉਹਨੂੰ ਛੋਟੇ ਹੁੰਦੇ ਤੋਂ ਲੈ ਕੇ ਹੁਣ ਤੱਕ ਸਰ ਡਾਰਾ ਚਾਚੇ ਦਾ ਮਾਪਿਓ ਦਾ ਹੂੰ ਚਾਹੇ ਕਿਸੇ ਵੀ ਰਿਸ਼ਤੇਦਾਰ ਦਾ ਚਾਹੇ ਮੈਂ ਨਾਨਕਿਆਂ ਦੀ ਗੱਲ ਕਰਾਂ ਮੇਰਾ ਇਹ ਨਹੀਂ ਹੈ ਸਰ ਕਿ ਮੈਂ ਬਿਨਾ ਇਕੱਲਾ ਬਿਨਾ ਕਿਸੇ ਆਪਣੇ ਫੈਮਲੀ ਮੈਂਬਰ ਤੋਂ ਕਿਤੇ ਅੱਡੇ ਤੇ ਚਲ ਜਾਇਆ ਆਪਣੇ ਸ਼ਹਿਰ ਚ ਚਲ ਜਾ ਹਮ ਇਹਨਾਂ ਡਰ ਹੈਗਾ ਸਾਰਾ ਜੀਵਨ ਹੋਣਾ ਚਾਹੀਦਾ ਬਈ ਮੈਂ ਮੋੜਾਂ ਤੇ ਖਣਨ ਦੀ ਤਾਂ ਦੂਰ ਦੀ ਗੱਲ ਹੈ ਸ਼ਹਿਰ ਤੱਕ ਨਹੀਂ ਜਾ ਸਕਦਾ ਇਕੱਲਾ ਤਾਂ ਮੈਨੂੰ ਲੱਗਦਾ ਬਚਿਆਂ ਤਾਂ ਹੀ ਆ ਮੈਂ ਅਗਲੀ ਅਧੂਰੀ ਗੱਲ ਜ਼ਿੰਦਗੀ ਤੇ ਜ਼ਿੰਦਗੀ ਦੇ ਵਿੱਚ ਸਮਝੌਤੇ ਤੁਹਾਡੇ ਅਨਸਾਰ ਕਿੰਨੇ ਕੁ ਜ਼ਰੂਰੀ ਨੇ ਸਮਝੌਤੇ ਜ਼ਰੂਰੀ ਹੈ ਵੀ ਜੇ ਤੁਸੀਂ ਕਹੋਗੇ ਸਾਰੇ ਕੰਮ ਤੁਹਾਡੇ ਮੁਤਾਬਿਕ ਹੋਣ ਤਾਂ ਤੁਸੀਂ ਕਾਮਯਾਬੀ ਨਹੀਂ ਹਾਸਲ ਕਰ ਸਕਦੇ ਫਿਰ ਹੂੰ ਕਈ ਵਾਰੀ ਤੁਹਾਨੂੰ ਕੁਝ ਹੱਕ ਛੱਡਨੇ ਪੈਂਦੇ ਆ ਖੁਦ ਬਿਲਕੁਲ ਜੇ ਤੁਹਾਡਾ ਹੱਕ ਆ ਤੁਹਾਨੂੰ ਚਾਹੀਦਾ ਵਾ ਤਾਂ ਤੁਹਾਨੂੰ ਛੱਡਣਾ ਪਏਗਾ ਕਈ ਵਾਰੀ ਕਈ ਵਾਰੀ ਆਪਣੇ ਹੱਕ ਆਪਣੇ ਹੱਥੀਂ ਕਿਸੇ ਹੋਰਾਂ ਨੂੰ ਦੇਣੇ ਪੈਂਦੇ ਬਿਲਕੁਲ ਭਾਈ ਕਿਉਂਕਿ ਜ਼ਿੰਦਗੀ ਇਦਾਂ ਹੀ ਆ ਹੂੰ ਐਂਡ ਕਿਉਂਕਿ ਮੈਂ ਬੈਕਐਂਡ ਤੇ ਜਾਣਦਾ ਕਿ ਤੁਸੀਂ ਕਾਫੀ ਸਮਝੌਤੇ ਵੀ ਕੀਤੇ ਕਰਨੇ ਪਿੰਦੇ ਆ ਬਈ ਤਾਂ ਮੈਂ ਸ਼ਾਇਦ ਇੱਥੋਂ ਤੱਕ ਪਹੁੰਚਿਆ ਹੂੰ ਜੇ ਮੈਂ ਕਹਿੰਦਾ ਕਿ ਮੈਂ ਇਕੱਲਾ ਹੀ ਹੱਕ ਆਪਣੇ ਹਾਸਲ ਕਰਨੇ ਆ ਸਾਰੇ ਤਾਂ ਸ਼ਾਇਦ ਮੈਂ ਕਰ ਲੈਂਦਾ ਬਟ ਜ਼ਿੰਦਗੀ ਦਾ ਰਾਹ ਆਪਾਂ ਲੰਬਾ ਚੱਲਣਾ ਛੋਟਾ ਰਾਹ ਨਹੀਂ ਚੱਲਣਾ ਬਿਲਕੁਲ ਮੇਰੀ ਇਹ ਹੈ ਕਿ ਜਲਦੀ ਜਦੋਂ ਤੁਸੀਂ ਮਿਹਨਤ ਕਰਦੇ ਹੋ ਕਾਮਯਾਬੀ ਹਾਸਲ ਕਰਦੇ ਹੋ ਤਾਂ ਉਹ ਇੱਕ अर्ली ਸਕਸੈਸ ਇਜ਼ ਅ ਸਕੈਮ ਹੂੰ ਪਰ ਗੁੱਡ ਥਿੰਗਸ ਟੇਕ ਟਾਈਮ ਆਖਰ ਤੇ ਬਈ ਮੈਨੂੰ ਥੋੜੀ ਜੀ ਤੁਹਾਡੇ ਨਾਲ ਨਰਾਜ਼ਗੀ ਹੈ ਗੁੱਸਾ ਆ ਜਾ ਮੇਰੇ ਮਨ ਚ ਮੈਨੂੰ ਦੱਸ ਦਿਓ ਮੇਰਾ ਗੁੱਸਾ ਕਲੀਅਰ ਹੋ ਜਾ ਕਾਲਜ ਕੋ ਛੱਡਿਆ ਪੜਾਈ ਕੋ ਛੱਡੀ ਅੱਛਾ ਇਹ ਤੁਹਾਨੂੰ ਪਤਾ ਲੱਗ ਗਿਆ ਨਹੀਂ ਮੈਂ ਹੁਣ ਗ੍ਰੈਜੂਏਸ਼ਨ ਕਰ ਰਿਹਾ ਲਾਸਟ ਈਅਰ ਆ ਮੇਰਾ ਬਸ ਹੁਣ ਉਹ ਆਰਕਾਂ ਬਈ ਤੁਹਾਨੂੰ ਪਹਿਲਾਂ ਦੁਬਾਰੇ ਜੁੜਨ ਦੇ ਲਈ ਨਹੀਂ ਬਿਲਕੁਲ ਬਈ ਬਿਲਕੁਲ ਬਿਲਕੁਲ ਇਹ ਚੀਜ਼ ਵੀ ਮੈਨੂੰ ਲੱਗਦਾ ਹੈ ਕਿ ਉਹ ਲਾਈਕ ਦੀ ਸਟੋਰੀ ਬਣਾਉਣੀ ਹੈ ਨਾ ਤੁਸੀਂ ਹੂੰ ਤਾਂ ਪਹਿਲਾਂ ਤੁਸੀਂ ਖੁਦ ਦੇਖਦੇ ਹੋ ਬਾਅਦ ਚ ਦੁਨੀਆ ਦੇਖਦੀ ਹੈ ਆ ਤੇ ਜੇ ਲਾਈਫ ਦੀ ਸਟੋਰੀ ਤੁਹਾਡੀ ਸਿੱਧੀ ਜੀ ਦੇਖੂ ਕੋਣ ਫਿਰ ਗੱਲ ਨੂੰ ਹੂੰ ਕੁਝ ਕਠਿਨਾਈਆਂ ਆਈਆਂ ਹੋਣ ਮੋੜ ਤੋੜ ਆਏ ਹੋਣ ਜ਼ਿੰਦਗੀ ਜ਼ਿੰਦਗੀ ਦੇ ਵਿੱਚ ਤਾਂ ਦੇਖਣ ਦਾ ਸਵਾਦ ਹੀ ਆਊਗਾ ਗੱਲ ਨੂੰ ਲੋਕਾਂ ਨੂੰ ਕੁਝ ਸਿੱਖਣ ਨੂੰ ਮਿਲੂਗਾ ਮੈਂ 1.5 ਸਾਲ ਸਰ ਗੈਪ ਵਾਲਿਆ ਸੀ ਆਪਣੀ ਸਟੱਡੀ ਦੇ ਵਿੱਚ ਹੂੰ ਪਲੱਸ 2 ਤੋਂ ਬਾਅਦ ਐਡਮਿਸ਼ਨ ਵੀ ਲਈ ਸੀ ਯੂਨੀਵਰਸਿਟੀ ਦੇ ਵਿੱਚ ਬਟ ਮੈਨੂੰ ਕੱਢ ਦਿੱਤਾ ਸੀ ਯੂਨੀਵਰਸਿਟੀ ਜੀ ਖਾਸ ਕਾਰਨ ਕੋਈ ਖਾਸ ਕਾਰਨ ਸਰ ਹਾਲੀ ਮੈਂ ਨਹੀਂ ਦੱਸ ਸਕਦਾ ਠੀਕ ਹੈ ਬਟ ਮੈਂ ਦੱਸੂਗਾ ਜ਼ਰੂਰ ਇਨ ਫਿਊਚਰ ਹੂੰ ਕੋਈ ਗਿਲਾ ਸ਼ਿਕਵਾ ਨਹੀਂ ਹੈ ਮੈਨੂੰ ਉਹਨਾਂ ਦੇ ਨਾਲ ਹੂੰ ਹਾਲਾਂਕਿ ਬੜਾ ਵੱਡਾ ਕੰਟਰੀਬਿਊਟ ਕੀਤਾ ਉਹਨਾਂ ਨੇ ਮੇਰੀ ਲਾਈਫ ਸਟੋਰੀ ਦੇ ਵਿੱਚ ਹੂੰ ਇੱਕ ਬੜਾ ਵਧੀਆ ਹਿੱਸਾ ਪਿਆ ਯਾਰ ਉਹਨਾਂ ਨੇ ਕੁਝ ਇਨਸਪਾਇਰਿੰਗ ਹਿੱਸਾ ਮੋਟੀਵੇਸ਼ਨਲ ਹਿੱਸਾ ਜਿਹਦੇ ਨਾਲ ਕੱਲ ਨੂੰ ਪ੍ਰੇਰਣਾ ਮਿਲੇਗੀ ਹੂੰ ਇੱਕ ਇੰਟਰਸਟਿੰਗ ਬਣਾਈਆ ਸਟੋਰੀ ਮੇਰੀ ਸੋ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਕੱਲ ਨੂੰ ਜ਼ਿਕਰ ਕਰਾਂਗੇ ਕਿਤੇ ਨਾ ਕਿਤੇ ਹੂੰ ਕਿਉਂਕਿ ਹੋਣਾ ਚਾਹੀਦਾ ਹੁਣ ਲਾਸਟ ਈਅਰ ਆ ਸਰ ਮੇਰਾ 6 ਮੈਟਰ ਮੇਰੀ ਗ੍ਰੈਜੂਏਸ਼ਨ ਦਾ ਹਮ ਯਾ ਬੀਏ ਕਰ ਰਿਹਾ ਹਾਂ ਪੋਲਿਟਿਕਸ ਦੇ ਵਿੱਚ ਮੈਂ ਕਾਫੀ ਸਵਾਲ ਮੰਚ ਲੈ ਕੇ ਬੈਠਾ ਸੀ ਮੈਂ ਸਾਰੇ ਪੁੱਛ ਲੇ ਕੋਈ ਇਹੋ ਜੀ ਗੱਲ ਜਿਹੜੀ ਤੁਸੀਂ ਮੰਚ 'ਤੇ ਲੈ ਕੇ ਬੈਠੇ ਹੋ ਤੇ ਮੈਂ ਪੁੱਛੀ ਨਾ ਹੋਵੇ ਅਖੀਰ ਤੇ ਜ਼ਰੂਰ ਕਰ ਦਿਓ ਮੈਂ ਡਾਇਲੌਗਸ ਦੇ ਨਾਲ ਨਾ ਇਸ ਟੀਚ ਨੂੰ ਖਤਮ ਕਰਨਾ ਚਾਹੁੰਗਾ ਜ਼ਰੂਰ ਕਿਉਂਕਿ ਜੇ ਅਸੀਂ ਗੱਲ ਕਰਾਂਗੇ ਤਾਂ ਬਹੁਤ ਲੰਬੀ ਹੋ ਜਣੀ ਬਿਲਕੁਲ ਬਟ ਉਹ ਚੀਜ਼ ਜੇ ਮੈਂ ਡਾਇਲੌਗਸ ਵਿੱਚ ਕਰਾਂ ਤਾਂ ਤੁਸੀਂ ਸ਼ਾਇਦ ਸਮਝੋ ਹਮ ਆਪਣੇ ਕਰੈਕਟਰ ਨੂੰ ਬਿਆਨ ਕਰੂੰਗਾ ਮੈਂ ਹਮ ਕਿ ਜਦੋਂ ਤੁਹਾਡੇ ਕੋਲ ਪੈਸੇ ਚਲ ਜਾਂਦਾ ਵਾ ਸਮਝੋ ਖੁਦ ਕੁਝ ਨਹੀਂ ਗਿਆ ਹਮ ਜਦੋਂ ਹੈਲਥ ਚਲ ਜਾਂਦੀ ਹੈ ਤੁਹਾਡਾ ਸਰੀਰ ਕੰਮ ਨਹੀਂ ਕਰ ਰਿਹਾ ਤੁਸੀਂ ਠੀਕ ਨਹੀਂ ਆ ਤਾਂ ਸਮਝੋ ਕੁਝ ਗਿਆ ਵਾ ਪਰ ਜਦੋਂ ਤੁਹਾਡਾ ਜ਼ਮੀਰ ਚਲ ਗਿਆ ਜਦੋਂ ਤੁਹਾਡਾ ਕਰੈਕਟਰ ਚਲ ਗਿਆ ਸਮਝੋ ਸਭ ਕੁਝ ਚਲ ਗਿਆ ਵਾ ਵਾ ਬਾਈ ਸਲਾਮ ਹੈ ਸੋ ਆਪਣੇ ਕਰੈਕਟਰ ਨਾਲ ਹਮੇਸ਼ਾ ਕਦੀ ਉਹ ਨਾ ਕਰੋ ਯਾਰ ਤੁਸੀਂ ਕੰਪਰੋਮਾਈਜ਼ ਨਾ ਕਰੋ ਹਮ ਕੁਝ ਪੈਸਿਆਂ ਕਰਕੇ ਕੁਝ ਨਵੀਂ ਹਾਈਟਸ ਕਰਕੇ ਹੂੰ ਜਿੰਨਾ ਚੱਲਦੇ ਹੋ ਤੁਹਾਡਾ ਸਫ਼ਰ ਜਿੰਨਾ ਚੱਲ ਰਿਹਾ ਵਾ ਚੱਲਦੇ ਰਹੋ ਹੂੰ ਤਾਂ ਉਹਨੂੰ ਮੰਜ਼ਿਲ ਮਿਲੇਗੀ ਜ਼ਰੂਰ ਜੇ ਤੁਹਾਡੀ ਨੀਅਤ ਸਾਫ਼ ਆ ਮਿਹਨਤ ਕਰ ਰਹੇ ਹੋ ਤੁਸੀਂ ਤਾਂ ਮੰਜ਼ਿਲ ਜ਼ਰੂਰ ਮਿਲੇਗੀ ਤੁਹਾਨੂੰ ਹੂੰ ਤੇ ਬਾਕੀ ਇੱਕ ਗੱਲ ਹੋਰ ਕਹੂੰਗਾ ਕਿ ਹਰ ਜਗ੍ਹਾ ਤੇ ਸਮਝੋਤਾ ਕਰਨਾ ਲਾਜ਼ਮੀ ਆ ਤੁਹਾਡੇ ਵਾਸਤੇ ਹਰ ਜਗ੍ਹਾ ਤੇ ਨਹੀਂ ਪਰ ਕੁਝ ਮੋੜਾਂ ਤੇ ਹੂੰ ਕਿਉਂਕਿ ਭੱਜਣ ਵਾਲੇ ਨੂੰ ਧਰਤੀ ਚਾਹੀਦੀ ਹੁੰਦੀ ਆ ਤੇ ਉੱਡਣ ਵਾਲੇ ਨੂੰ ਅਸਮਾਨ ਆਹ ਤੇ ਸਾਨੂੰ ਇਹ ਦੋਨੋਂ ਹੀ ਚਾਹੀਦੇ ਨੇ ਇਹ ਜਿਵੇਂ ਵੀ ਜਿੱਥੇ ਵੀ ਮਿਲਣਗੇ ਇਹ ਸੀ ਛੱਡਨੇ ਥੋੜੀ ਆ ਕੀ ਬਾਤ ਆ ਭਾਈ ਭਾਈ ਤੁਸੀਂ ਵਕਤ ਦਿੱਤਾ ਸਾਡੇ ਇੱਕ ਸੱਦੇ ਦੇ ਉੱਤੇ ਨਹੀਂ ਬਾਈ ਤੁਸੀਂ ਕਬੂਲ ਕੇ ਸਾਡੇ ਕੋਲੇ ਪੁੱਜੇ ਤੁਹਾਡਾ ਬਾਈ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਸੀ ਪੌਡਕਾਸਟ ਅਣਗੌਲੇ ਮੈਨੂੰ ਪੂਰਾ ਸੁਆਦ ਆਇਆ ਜੇਕਰ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਐਦਾਂ ਦੀਆਂ ਸ਼ਖਸੀਅਤਾਂ ਤੁਹਾਡੇ ਸਾਹਮਣੇ ਕਰਦੇ ਰਹਾਂਗੇ ਤੇ ਕੋਸ਼ਿਸ਼ ਤੁਹਾਡੀ ਵੀ ਹੋਣੀ ਚਾਹੀਦੀ ਹੈ ਕਿ ਇਨ੍ਹਾਂ ਅਣਗੌਲਿਆਂ ਨੂੰ ਗੌਲਣ ਯੋਗ ਦੀ ਸੂਚੀ ਵਿੱਚ ਸ਼ਾਮਲ ਕਰਨ ਦੇ ਵਿੱਚ ਆਪਣਾ ਯੋਗਦਾਨ ਤੁਸੀਂ ਪਾਓ ਇਹ ਕੋਸ਼ਿਸ਼ ਕਰਿਓ ਕਿ ਅਣਗੌਲਿਆਂ ਨੂੰ ਗੌਲਣਯੋਗ ਤੁਸੀਂ ਬਣਾਉਣਾ ਹੈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀਕਾਲ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਆਬਾਦ